ਜੈ ਗੁਰਦੇਵ ਧੰਨ ਗੁਰਦੇਵ ਜੀ, ਆਪ ਸਭਨਾਂ ਨੂੰ ਬਹੁਤ ਹੀ ਨਿੱਘਾ ਸਵਾਗਤ ਹੈ ਖੁਸ਼ੀਆਂ ਦੇ ਵਿਹੜੇ 'ਚ। ਅਤੇ ਪਿਆਰੇ ਦਰਸ਼ਕੋ, ਪਹਿਲਾਂ ਆਪਣਾ ਉਹ ਸੋਹਣੇ ਰੱਬ ਦਾ ਸ਼ੁਕਰਾਨਾ ਕਰੀਏ, ਅਤੇ ਫਿਰ ਆਪਾਂ ਬਦਲਾਓ ਦੀ ਗੱਲ ਕਰਾਂਗੇ, ਅਤੇ ਫਿਰ ਆਪਾਂ ਆਪਣੇ ਟੌਪਿਕ ਵੱਲ ਚੱਲਾਂਗੇ। ਪਿਆਰੇ ਦਰਸ਼ਕੋ, ਉਹ ਕੁਦਰਤ, ਉਹ ਯੂਨੀਵਰਸ, ਉਹ ਸੋਹਣਾ ਰੱਬ, ਉਹਨੂੰ ਕੋਟੀ ਕੋਟੀ ਪ੍ਰਣਾਮ, ਜਿਹਨੇ ਸਭ ਕੁਝ ਸਾਜਿਆ, ਸਵਾਰਿਆ, ਸ਼ਿੰਗਾਰਿਆ, ਅਤੇ ਫਿਰ ਉਹਨੇ ਇਸ ਧਰਤੀ ਨੂੰ ਸਾਜ ਸਵਾਰ ਸ਼ਿੰਗਾਰ ਕੇ ਹਰ ਇੱਕ ਚੀਜ਼ ਉਹ ਪ੍ਰੋਵਾਈਡ ਕੀਤੀ ਜੋ ਇਨਸਾਨ ਲਈ ਲੋੜੀਦੀ ਆ। ਪਿਆਰੇ ਦਰਸ਼ਕੋ, ਉਹ ਸਭ ਕੁਝ ਬਣਾ ਕੇ ਇਸ ਧਰਤੀ ਨੂੰ ਸ਼ਿੰਗਾਰ ਕੇ ਫਿਰ ਉਹਨੇ ਆਪਣੇ ਹੀ ਸਰੂਪ 'ਤੇ ਇਨਸਾਨ ਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਅਤੇ ਸਵਾਸਾਂ ਦੀ ਪੂੰਜੀ ਅਤੇ ਸ਼ਬਦਾਂ ਦੀ ਪੂੰਜੀ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ, ਅਤੇ ਨਾਲ ਹੁਕਮ ਕੀਤਾ ਕਿ ਜਾਓ ਚੰਗੇ ਕੰਮ ਕਰੋ। ਇਨਸਾਨ ਬਹੁਤ ਚੰਗੇ ਕੰਮ ਕਰ ਰਿਹਾ ਹੈ, ਕਿਉਂਕਿ ਉਹ ਸੋਹਣਾ ਰੱਬ, ਬਹੁਤ ਉਹ ਕੁਦਰਤ, ਉਹ ਯੂਨੀਵਰਸ ਹਰ ਇੱਕ ਲਈ ਇੱਕੋ ਜਿਹਾ ਬਣਦਾ ਆ। ਆਪਣੇ ਹੀ ਸਰੂਪ 'ਤੇ ਇਨਸਾਨ ਨੂੰ ਬਣਾਇਆ, ਅਤੇ ਸਵਾਸਾਂ ਦੀ ਪੂੰਜੀ ਅਤੇ ਸ਼ਬਦਾਂ ਦੀ ਪੂੰਜੀ ਦੇ ਕੇ ਉਹਨੇ ਇਸ ਸੰਸਾਰ ਦੇ ਵਿੱਚ ਭੇਜਿਆ, ਅਤੇ ਨਾਲ ਜੋ ਹੁਕਮ ਕੀਤਾ ਸੋਹਣੇ ਕੰਮਾਂ ਦਾ। ਪਿਆਰੇ ਦਰਸ਼ਕੋ, ਇਨਸਾਨ ਬਹੁਤ ਸੋਹਣੇ ਕੰਮ ਕਰ ਰਿਹਾ ਆ, ਅਤੇ ਨਾਲ ਨਾਲ ਆਪਾਂ ਬਦਲਾਓ ਦੀ ਗੱਲ ਕਰਦੇ ਹਾਂ ਕਿ ਬਦਲਾਓ ਉਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਆ ਜੋ ਇਨਸਾਨ ਬਣਾਉਂਦਾ ਆ, ਪਰ ਜੋ ਸੋਹਣੇ ਰੱਬ ਨੇ ਬਣਾਈਆਂ ਚੀਜ਼ਾਂ ਉਹਦੇ ਵਿੱਚ ਕਦੀ ਬਦਲਾਓ ਨਹੀਂ ਹੈਗਾ, ਹਮੇਸ਼ਾ ਇੱਕੋ ਜਿਹਾ ਹਰ ਇੱਕ ਨੂੰ ਵਰਤਦਾ ਆ। ਜੋ ਇਨਸਾਨ ਚੀਜ਼ਾਂ ਬਣਾਉਂਦਾ ਆ ਜਾਂ ਕਾਢਾ ਕੱਢਦਾ ਆ ਉਹਦੇ ਵਿੱਚ ਬਦਲਾਓ ਹੈ। ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਦੇਖੀਏ ਤਾਂ ਕਿੰਨਾ ਕੁਛ ਬਦਲਾਓ ਆਇਆ ਹਰ ਇੱਕ ਚੀਜ਼ ਦੇ ਵਿੱਚ, ਪਰ ਉਹ ਸੋਹਣੇ ਰੱਬ ਦੀਆਂ ਚੀਜ਼ਾਂ ਜਿਹੜੀਆਂ ਆ, ਕੁਦਰਤੀ ਚੀਜ਼ਾਂ, ਉਹਨਾਂ ਦੇ ਵਿੱਚ ਕੋਈ ਬਦਲਾਓ ਨਹੀਂ। ਉਹਨੇ ਹਰ ਇੱਕ ਨੂੰ ਧੁੱਪ, ਛਾਂ, ਜੋ ਵੀ ਉਹ ਕੁਦਰਤ ਦੀਆਂ ਹੈਗੀਆਂ ਰੁੱਤਾਂ ਦਾ, ਹਰ ਇੱਕ ਚੀਜ਼ ਹਰ ਇੱਕ ਇਨਸਾਨ ਲਈ ਇੱਕੋ ਜਿਹੀ ਆ, ਪਰ ਜਿਹਦੇ ਵਿੱਚ ਇਨਸਾਨ ਚੀਜ਼ਾਂ ਬਣਾਉਂਦਾ ਉਹਦੇ ਵਿੱਚ ਬਦਲਾਓ ਆ। ਰਿਵਾਜ, ਖਾਣੇ ਬਣਾਉਣੇ, ਜੋ ਵੀ ਕੋਈ, ਜਾਂ ਬਿਲਡਿੰਗਾਂ ਦੇਖ ਲਓ, ਨਕਸ਼ੇ ਦੇਖ ਲਓ, ਕਾਢਾ ਕੱਢ ਕੇ ਕਿੰਨੀਆਂ, ਅੱਜ ਜੇ ਦੇਖੀਏ ਤਾਂ ਟੈਕਨੋਲੋਜੀ ਦਾ ਕਿੰਨਾ ਜ਼ਮਾਨਾ ਹੈ, ਸਮਾਂ ਹੈ, ਇਹ ਕਾਢਿਆ ਇਨਸਾਨ ਦੇ ਬਦਲਾਓ। ਇਸੇ ਤਰ੍ਹਾਂ ਪਿਆਰੇ ਦਰਸ਼ਕੋ, ਹਰ ਇੱਕ ਚੀਜ਼ ਦੇ ਵਿੱਚ ਬਦਲਾਓ ਆ ਜਿਹੜੀਆਂ ਇਨਸਾਨ ਬਣਾਉਂਦਾ, ਪਰ ਜਿਹੜੀਆਂ ਉਹ ਸੋਹਣੇ ਰੱਬ ਨੇ ਬਣਾਈਆਂ ਉਹਦੇ ਵਿੱਚ ਬਦਲਾਓ ਨਹੀਂ ਹੈਗਾ। ਮੈਂ ਹਰਬੰਸ ਮਹੇ, ਆਪ ਸਭਨਾਂ ਨੂੰ ਜੀ ਆਇਆ ਕਹਿੰਦੇ ਖੁਸ਼ੀਆਂ ਦੇ ਵਿਹੜੇ 'ਚ, ਅਤੇ ਸਾਡਾ ਅੱਜ ਟੌਪਿਕ ਹੋਵੇਗਾ ਸੰਵਿਧਾਨ। ਸੰਵਿਧਾਨ ਬਾਰੇ ਗੱਲਬਾਤ ਕਰਾਂਗੇ, ਸੰਵਿਧਾਨ ਦੇ ਰੂਲਾਂ ਦੇ ਬਾਰੇ ਗੱਲਬਾਤ ਕਰਾਂਗੇ, ਅਤੇ ਤੁਸੀਂ ਵੀ ਆਪਣੇ ਜੋ ਨਵੀਂ ਸੋਚ, ਨਵੀਂ ਵਿਚਾਰ, ਨਵੀਆਂ ਗੱਲਾਂ ਸਾਂਝੀਆਂ ਕਰਨੀਆਂ ਅਤੇ ਤਿਆਰ ਰੱਖੋ। ਪਿਆਰੇ ਦਰਸ਼ਕੋ, ਜੋ ਇਹ ਕੁਦਰਤ ਦੀਆਂ ਗੱਲਾਂ, ਉਹ ਸੋਹਣੇ ਰੱਬ ਦੀ ਓਟ ਲੈ ਕੇ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਕਾਂਛੀ ਵਾਲੀ ਦੀ ਓਟ ਲੈ ਕੇ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਅਤੇ ਤੁਹਾਨੂੰ ਸਭਨਾਂ ਨੂੰ ਦੁਬਾਰਾ ਬਹੁਤ ਹੀ ਪਿਆਰ, ਸਤਿਕਾਰ, ਨਿਮਰਤਾ ਦੇ ਨਾਲ ਜੈ ਗੁਰਦੇਵ, ਜੈ ਭੀਮ ਜੀ। ਅਤੇ ਤੁਸੀਂ, ਅੱਜ ਆਪਾਂ ਗੱਲ ਕਰਾਂਗੇ ਸੰਵਿਧਾਨ ਬਾਰੇ।
ਅਤੇ ਇਸ ਲਈ ਤੁਸੀਂ ਜੋ ਵੀ ਤੁਹਾਡੇ ਵਿਚਾਰ ਹਨ, ਜਾਂ ਤੁਸੀਂ ਕਿਤਾਬਾਂ ਕਹਿਣੀਆਂ, ਜਾਂ ਤੁਸੀਂ ਸ਼ਬਦ ਕਹਿਣੇ, ਜਾਂ ਤੁਸੀਂ ਟੋਪਿਕ ਬਾਰੇ ਗੱਲਬਾਤ ਕਰਨੀ ਆ, ਤਾਂ ਤੁਹਾਨੂੰ ਸਭਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਨਿੱਘਾ ਸਵਾਗਤ ਆ। ਅਤੇ ਚੁੱਕੋ ਫੋਨ ਅਤੇ ਘੁਮਾਓ ਨੰਬਰ। ਅਤੇ ਪਿਆਰੇ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਸੰਵਿਧਾਨ ਬਾਰੇ ਕਿ ਬਾਬਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਆਪਣੇ ਲੋਕਾਂ ਲਈ ਸਪੈਂਡ ਕੀਤੀ। ਲੋਕ ਕਿਹੜੇ ਸਨ? ਕੋਈ ਉਹਦੇ ਕਬੀਲੇ ਦੇ ਜਾਂ ਉਹਦੇ ਨਜ਼ਦੀਕੀ ਨਹੀਂ ਸੀ। ਲੋਕ ਜਿਹੜਾ ਸਮਾਜ ਲਤਾੜਿਆ ਹੋਇਆ, ਸੰਵਿਧਾਨ ਨੂੰ ਲਿਖਣ ਤੋਂ ਪਹਿਲਾਂ, ਸੰਵਿਧਾਨ ਦੀ ਹੋਂਦ ਆਉਣੇ ਤੋਂ ਪਹਿਲਾਂ ਜੋ ਲੋਕਾਂ ਦਾ ਹਾਲ ਸੀ ਪਿਆਰੇ ਦਰਸ਼ਕੋ, ਉਹ ਤੁਸੀਂ ਵੀ ਜਾਣਦੇ ਹੋ ਕਿ ਮਨੋਵਾਦੀ ਸੋਚ ਨੇ ਲੋਕਾਂ ਨੂੰ ਵੱਖ ਵੱਖ ਧਰਮਾਂ ਦੇ ਵਿੱਚ ਜਾਂ ਜਾਤਾਂ ਦੇ ਵਿੱਚ ਜਾਂ ਕੰਮਾਂ ਦੇ ਵਿੱਚ ਵੰਡਿਆ ਹੋਇਆ ਸੀ। ਅਤੇ ਬਾਬਾ ਸਾਹਿਬ ਜੀ ਨੂੰ ਇਹ ਦੇਖ ਕੇ ਉਹਨਾਂ ਦੇ ਆਪ ਵੀ ਜ਼ਿੰਦਗੀ ਦਾ ਤਜਰਬਾ, ਉਹਨਾਂ ਨੇ ਆਪ ਵੀ ਉਹ ਦੁੱਖ ਸਹੇ, ਤਾਂ ਉਹਨਾਂ ਨੇ ਉਹ ਚੀਜ਼ਾਂ ਨੂੰ ਹਟਾਉਣ ਵਾਸਤੇ ਬੜਾ ਸੰਘਰਸ਼ ਕੀਤਾ। ਅਤੇ ਸੰਵਿਧਾਨ ਨੂੰ ਲਿਖਣ ਵਾਸਤੇ, ਬਣਾਉਣ ਵਾਸਤੇ, ਹੋਂਦ 'ਚ ਲਿਆਉਣ ਵਾਸਤੇ ਉਹਨਾਂ ਨੇ ਬੜਾ ਸੰਘਰਸ਼ ਕੀਤਾ। ਪਿਆਰੇ ਦਰਸ਼ਕੋ, ਇਹ ਜੋ ਚੀਜ਼ਾਂ ਹੁੰਦੀਆਂ ਆ, ਇਹ ਸੌਖੀਆਂ ਪ੍ਰਾਪਤ ਨਹੀਂ ਹੁੰਦੀਆਂ ਸੌਖੇ ਢੰਗ ਨਾਲ। ਜਿੱਦਾਂ ਅੱਜ ਆਪਾਂ ਸੌਖੇ ਢੰਗ ਨਾਲ ਉਹਨੂੰ ਸੰਵਿਧਾਨ ਨੂੰ ਪੜ੍ਹ ਕੇ, ਉਹਨਾਂ ਦੇ ਰੂਲਾਂ 'ਤੇ ਚੱਲ ਕੇ ਆਪਾਂ ਆਪਣੇ ਹੱਕ ਪ੍ਰਾਪਤ ਕਰ ਸਕਦੇ ਹਾਂ, ਪਰ ਜਿਨ੍ਹਾਂ ਨੇ ਉਹ ਕਾਲ ਕਮਾਈਆਂ ਕੀਤੀਆਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ। ਅਤੇ ਪਿਆਰੇ ਦਰਸ਼ਕੋ, ਆਪਾਂ ਗੱਲ ਕਰਦੇ ਕਿ ਜਦੋਂ ਸੰਵਿਧਾਨ ਹੋਂਦ ਦੇ ਵਿੱਚ ਆਉਣੇ ਤੋਂ ਪਹਿਲਾਂ ਬਹੁਤ ਸਾਰੇ ਲੋਕ, ਗਰੀਬ ਲੋਕ, ਜੋ ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਰੋਟੀ ਕੱਪੜਾ ਔਰ ਮਕਾਨ, ਇਹ ਨੀਡ ਸੀ ਲੋਕਾਂ ਦੀ। ਲੋਕਾਂ ਦੀ ਸੰਵਿਧਾਨ ਤੋਂ ਪਹਿਲਾਂ ਕਾਫੀ ਹਾਲਤ ਖਰਾਬ ਸੀ, ਜਾਂ ਆਪਾਂ ਕਹਿ ਲੈਂਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣੇ ਤੋਂ ਪਹਿਲਾਂ ਵੀ ਹਾਲਤ ਖਰਾਬ ਸੀ, ਕਿਉਂਕਿ ਕਿਸੇ ਨੂੰ ਚੰਗਾ ਕੱਪੜਾ ਪਹਿਨਣ ਦੀ, ਚੰਗੇ ਘਰਾਂ 'ਚ ਰਹਿਣ ਦੀ, ਚੰਗੇ ਖਾਣੇ ਖਾਣੇ ਦੀ ਕੋਈ ਇਜਾਜ਼ਤ ਨਹੀਂ ਸੀ। ਇਹ ਮਨੁਵਾਦੀ ਸੋਚ ਨੇ ਵੰਡੀਆਂ ਪਾਈਆਂ ਹੋਈਆਂ ਸੀ। ਅਤੇ ਬਾਬਾ ਸਾਹਿਬ ਜੀ ਨੇ ਜੋ ਇਹ ਦੇਖਿਆ, ਤਾਂ ਉਹਨਾਂ ਨੇ ਸੰਵਿਧਾਨ ਲਿਖਿਆ। ਸੰਵਿਧਾਨ ਲਿਖਣ ਦੇ ਵਿੱਚ ਬਹੁਤ ਸਾਰੇ ਰੂਲ ਕਾਨੂੰਨ ਹਰ ਇੱਕ ਇਨਸਾਨ ਦੇ ਹੱਕ ਦੇ ਵਿੱਚ ਆਏ ਆ, ਜਿੱਥੇ ਜਾਤ ਦਾ ਖੰਡਨ ਵੀ ਕੀਤਾ ਗਿਆ। ਪਹਿਲਾਂ ਆਪਾਂ ਕੋਲ ਵੱਲ ਵਧੀਏ, ਫਿਰ ਆਪਾਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜਾਗੁਰਦੇਵ ਜੀ। ਧੰਨ ਗੁਰਦੇਵ ਵੀਰ ਜੀ, ਆਓ ਤੇ ਕਿੱਥੋਂ ਬੋਲਦੇ ਹੋ? ਹਾਂਜੀ ਵੀਰ ਜੀ, ਆਓ ਜੀ। ਬਹੁਤ ਵਧੀਆ ਆ ਜਿਹੜੇ ਤੁਸੀਂ ਲੱਭ ਹੋਣੇ ਤਿੰਨਾਂ ਚੌਂਕ ਮਿੰਟਾਂ ਵਿੱਚ ਵਰਤਿਆ, ਬਹੁਤ ਵਧੀਆ ਹਰ ਇੱਕ ਦਾ ਕੰਮ ਜੀ, ਕੋਈ ਪ੍ਰੋਫੈਸਰ ਵੀ ਨਹੀਂ ਇਹ ਲਫ਼ਜ਼ ਵਰਤ ਸਕਦਾ ਜਿਹੜੇ ਤੁਸੀਂ ਹੁਣੇ ਵਰਤਿਆ ਕਿ ਗੁਰੂ ਰਵਿਦਾਸ ਜੀ ਦੇ ਆਉਣ ਤੋਂ ਪਹਿਲਾਂ, ਬਾਬਾ ਸਾਹਿਬ ਦੇ ਆਉਣ ਤੋਂ ਪਹਿਲਾਂ ਬਹੁਤ ਹਾਲਾਤ ਖਰਾਬ ਸੀ। ਜੀ ਜੀ, ਥੈਂਕ ਯੂ ਵੀਰ ਜੀ। ਬਹੁਤ ਵਧੀਆ ਤੁਸੀਂ ਇਹ
ਲਾਜ ਵਾਸਤੇ ਆ, ਹਰ ਇੱਕ ਦਾ ਕੰਮ ਨਹੀਂ ਇਹ। ਵਾਕਿਆ ਇੱਦਾਂ ਸੀਗਾ, ਬਾਬਾ ਸਾਹਿਬ ਵੀ ਇਸ ਤਰ੍ਹਾਂ ਸੀਗੇ ਜਿਸ ਤਰ੍ਹਾਂ ਦੁਨੀਆਂ ਹਾਲਾਤ ਫੀਲ ਕਰਕੇ ਆਪਣੇ ਜਿੱਦਾਂ ਬਿਲਕੁਲ ਰੋਮ ਰੋਮ ਦਾ ਦੁੱਖ ਜ਼ਾਹਿਰ ਕਰ ਰਹੇ ਹਾਂ। ਜਿਸ ਤਰ੍ਹਾਂ ਬਾਬਾ ਸਾਹਿਬ ਸੀਗੇ, ਗੁਰੂ ਅਮਰਦਾਸ ਜੀ ਵੀ ਸੀਗੇ, ਬਾਬਾ ਸਾਹਿਬ ਨੇ ਵੀ ਜਦੋਂ ਸੁਲਤਾਨ ਬਣਾਤਾ ਸੀ ਬਿਲਕੁਲ ਕੁਰਬਾਨੀ ਦੇ ਅਨੁਕੂਲ ਬਣਿਆ ਆ ਉਹ। ਜੀ ਜੀ ਜੀ। ਉਦੋਂ ਬਾਬਾ ਸਾਹਿਬ ਨੇ ਵੀ ਦੁੱਖ ਪ੍ਰਗਟਾਇਆ ਸੀਗਾ ਵੀ ਸੰਵਿਧਾਨ ਬਣ ਤਾਂ ਬਹੁਤ ਵਧੀਆ ਗਿਆ, 9 ਮਹੀਨੇ 11 ਦਿਨ ਬਣਿਆ ਸੀ ਜੀ, ਬਣ ਤਾਂ ਬਹੁਤ ਵਧੀਆ ਗਿਆ, ਪਰ ਕਹਿੰਦੇ ਸੀ ਮੈਨੂੰ ਦੁੱਖ ਦੀ ਗੱਲ ਆ ਇਹ ਸਵਾਤੇ ਸਾਹਿਬ ਜੀ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਆਪਾਂ ਅਰਦਾਸੀਆਂ ਆ, ਮੈਂ ਅਰਦਾਸੀ ਦੇ ਸਿੱਖਣ ਬਹੁਤਾ ਫਰਕ ਨਹੀਂ ਸਮਝਦਾ, ਕਿਉਂਕਿ ਸਾਰੇ ਗੁਰਬਾਣੀ ਨੂੰ ਮੰਨਦੇ ਆ, ਮਾੜੇ ਮੋਟੇ ਮਤਭੇਦ ਵੀ ਹੋਣ, ਫਿਰ ਖੁਸ਼ੀ ਕਮੀ ਵੇਲੇ ਫਿਰ ਇਕੱਠੇ ਹੋਏ ਹੁੰਦੇ ਆ ਜੀ। ਸੋ ਬਿਲਕੁਲ ਬਾਣੀ ਦੇ ਅਨੁਕੂਲ ਹੈਗਾ ਆ, ਜਿਸ ਤਰ੍ਹਾਂ ਕੋਈ ਗ੍ਰੰਥ ਨਵਾਂ ਆਉਂਦਾ ਜਾਂ ਬਾਣੀ ਨਵੀਂ ਆਉਂਦੀ ਥੋੜ੍ਹਾ ਜਿਹਾ ਲੋਕਾਂ ਵਿੱਚ ਹੋਰ ਤਰ੍ਹਾਂ ਹੁੰਦੀ ਆ, ਇਸੇ ਤਰ੍ਹਾਂ ਇਹ ਸੰਵਿਧਾਨ ਆ। ਸਰਕਾਰ ਕੱਲ ਬਦਲ ਜਾਣੀ ਆ, ਪਰਚੋਂ ਬਦਲ ਜਾਣੀ, ਪਤਾ ਨਹੀਂ ਕਿਹਦੇ ਰਾਜਾ ਦੇ ਕਿਹਦੀ ਪਰਜਾ ਹੋ ਜਾਣੀ ਆ ਜੀ। ਉਹਦੇ ਵਿੱਚ ਲੋਕਾਂ ਨੂੰ ਇਹ ਪਤਾ ਜ਼ਰੂਰ ਲੱਗ ਗਿਆ ਵੀ ਸਾਡੀ ਏਕਤਾ ਕਿੱਦਾਂ ਦੀ ਹੋਣੀ ਚਾਹੀਦੀ, ਅਸੀਂ ਇਕੱਠੇ ਹੋ ਕੇ ਕਿੱਦਾਂ ਸੰਵਿਧਾਨ ਦਾ ਆਨੰਦ ਮਾਣ ਸਕਦੇ ਹਾਂ। ਜਿਹੜਾ ਤੁਸੀਂ ਦੁੱਖ ਬਿਆਨ ਕੀਤਾ ਮੈਨੂੰ ਬਹੁਤ ਚੰਗਾ ਲੱਗਾ, ਅਤੇ ਤੁਸੀਂ ਜਿਹੜੇ ਵਿਚਾਰ ਦਿੰਦੇ ਇਕੱਲਾ ਇਕੱਲਾ ਵਿਚਾਰ ਸਮਝ ਆਉਂਦਾ, ਕਿਉਂਕਿ ਅੱਜ ਕੱਲ੍ਹ ਕੋਈ ਵੀ ਅਣਜਾਣ ਹੈ ਨਹੀਂ, ਐਵੇਂ ਆਪਾਂ ਦੱਸ ਕੇ ਕਿਸੇ ਨੂੰ ਅਣਜਾਣ ਨਹੀਂ ਸਮਝ ਸਕਦੇ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਧੰਨ ਗੁਰਦੇਵ ਜੀ, ਜੈ ਗੁਰਦੇਵ। ਇਹ ਤਾਂ ਸਾਡੇ ਬਹੁਤ ਸਤਿਕਾਰਯੋਗ ਵੀਰ ਰਾਜ ਮਾਨਿਕ ਜੀ, ਕਿ ਇਹਨਾਂ ਨੇ ਸਾਡੀ ਵੀ ਉਸਤਤ ਕੀਤੀ ਆ। ਇਹ ਪਿਆਰੇ ਦਰਸ਼ਕੋ, ਇਹ ਬਹੁਤ ਸਾਡੇ ਚੰਗੇ ਅਤੇ ਸਮਝਦਾਰ ਅਤੇ ਨੌਲੇਜਫੁੱਲ ਸਾਡੇ ਵੀਰ ਜੀ। ਪਹਿਲਾਂ ਵਧੀਆ ਕੋਲਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜੀ, ਧੰਨ ਗੁਰਦੇਵ, ਧੰਨ ਗੁਰਦੇਵ ਭੈਣ ਮੇਰੀ, ਸਤਿ ਸ਼੍ਰੀ ਅਕਾਲ ਜੀ, ਆਜੋ ਜੀ, ਆਜੋ ਜੀ। ਬਸ ਸੰਵਿਧਾਨ ਬਣਾਉਣ ਵਾਲਿਆਂ ਨੇ ਤਾਂ ਬਣਾ ਹੀ ਦਿੱਤਾ ਹੈ ਜੀ ਜੀ ਜੀ, ਚਲਾਉਣ ਵਾਲੇ ਚਲਾਉਣ ਤੇ ਤਾਂ ਹੀ ਹੈ ਨਾ ਜੀ, ਚਲਾਉਣ ਵਾਲੇ ਰਾਹ ਬਦਲ ਜਾਂਦੇ ਨੇ ਜੀ, ਕਿਹੜੇ ਗੁਰੂਆਂ ਪੀਰਾਂ ਨੂੰ ਸੁੱਖ ਲੈਣ ਦਿੱਤਾ ਦੁਨੀਆਂ ਨੇ ਜੀ, ਸਭ ਨੇ ਦੁਖੀ ਭੋਗਿਆ ਜਿੰਨੇ ਵੀ ਆਏ ਨੇ ਜੀ, ਸੰਸਾਰ ਦੇ ਵਿੱਚ ਭਲੇ ਵਾਸਤੇ ਆਏ ਸਨ ਜੀ, ਤੇ ਦੁਨੀਆਂ ਸਮਝਦੀ ਥੋੜੀ ਹੈ ਫਿਰ ਜੀ, ਦੁਨੀਆਂ ਤਾਂ ਆਪੋ ਆਪਣੇ ਰਾਹ ਚਲਾਉਂਦੀ ਹੈ ਜੀ, ਬਿਲਕੁਲ ਗੱਲਾਂ ਨਾਲ ਫਕੀਰੀਆਂ ਹੋਣ ਨਹੀਂ ਜੇ ਤੇ ਵੱਡੇ ਕੱਟਣੇ ਪੈਣ ਜੰਜਾਲ ਲੋਕ ਜੀ 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 ਜੀ, ਜਿਹਨਾਂ ਵਿੱਚ ਸੰਸਾਰ ਦੇ ਪੈਰ ਪਾਇਆ ਉਹਨਾਂ ਕੱਟੇ ਨੇ ਦੁੱਖ ਮਹਾਨ ਲੋਕ ਮਹਾਨ ਲੋਕ, ਹਾਂ ਗੱਲਾਂ ਨਾਲ ਸੰਸਾਰ ਵਿੱਚ ਥੋੜੀਆਂ ਹੁੰਦੀਆਂ ਨੇ ਗੱਲਾਂ, ਤਨੀ ਜੋ ਸੋ ਜੋ ਕਰੇ ਨਾ ਮਾਨ ਲੋਕੋ ਜੀ, ਗੁਣੀ ਸੋ ਜੋ ਕਰੇ ਗਿਆਨ ਲੋਕੋ, ਪੈਰ ਸੋ ਜੋ ਕਰਨ ਡੋਲਾਂਗ ਸਿੱਧੀ ਤਰ੍ਹਾਂ ਸੱਚ ਦੇ ਵੱਲ ਲੈ ਜਾਣ ਲੋਕੋ, ਕੰਨ ਸੋ ਜੋ ਕਥਾ ਤੇ ਹੋਣ ਰਾਜੀ, ਤੇ ਮੁੱਖ ਕਰਦੇ ਆ ਭਜਨ ਭਗਵਾਨ ਲੋਕੋ ਜੀ, ਤੇ ਫਿਰ ਇਹ ਗੱਲਾਂ ਹੋਣ ਤੇ ਫਿਰ ਦੁਨੀਆਂ ਚ ਘਾਟਾ ਹੀ ਕੋਈ ਨੀ ਹੈਗਾ ਜੀ, ਬਿਲਕੁਲ ਨਾ, ਜਿਹੜੀਆਂ ਗੁਰੂ ਪੀਰਾਂ ਨੇ ਚਲਾ ਦਿੱਤੀਆਂ ਨੇ ਜੀ, ਤਾਂ ਤੇ ਗੁਰੂ ਪੀਰ ਜਾ ਕੇ ਕਿੱਥੇ ਪਹਾੜਾਂ ਦੇ ਉੱਤੇ ਇਕੰਤਰ ਰਹਿੰਦੇ ਸਨ ਅਕਾਤ ਵਿੱਚ ਜੀ, ਤੇ ਉਹ ਸੰਸਾਰ ਖਲੋ ਨਹੀਂ ਕਹਿੰਦੀ ਕਿਸੇ ਨੂੰ, ਨੀ ਖਲੋਣ ਦਿੰਦੀ ਦੁਨੀਆਂ ਜੀ, ਦੁਨੀਆਂ ਤੇ ਆਕਾਸ਼ ਤੇ ਕਹਿੰਦੀ ਉੱਡਦੇ ਆ ਅਸੀਂ, ਤੁਸੀਂ ਹੇਠਾਂ ਬੈਠੋ ਅਸੀਂ ਕਾਚੇ ਜਾਂਦੇ ਹਾਂ, ਤੇ ਫਿਰ ਉਹ ਵੀ ਦੁਨੀਆਂ ਨੇ ਕੋਈ ਨੀ ਕਿਸੇ ਨੂੰ ਨੀ ਖਲੋਣ ਦਿੱਤਾ ਜੀ, ਸਭ ਨੇ ਦੁਖੀ ਭੋਗੇ ਨੇ, ਸੁਖ ਤੇ ਕੋਈ ਭਾਗਾਂ ਵਾਲਾ ਹੀ ਭੋਗਦਾ ਹੈ ਜੀ, ਆ ਗੁਰੂ ਪੀਰ ਤੇ ਉਹਨਾਂ ਨੇ ਤੇ ਸਗੋਂ ਸਾਰਿਆਂ ਵਾਸਤੇ ਸੁਖ ਬਣਾ ਦਿੱਤੇ ਸਭ ਨੇ ਜੀ, ਬਿਲਕੁਲ, ਤੇ ਆਪ ਉਹਨਾਂ ਨੇ ਦੁੱਖ ਭੋਗ ਲਏ ਨੇ, ਬਾਬੇ ਨਾਨਕੁਰੀ ਵੀ ਤੇ ਜਦੋਂ ਬਾਲ ਉਮਰ ਦੇ ਵਿੱਚ ਲੰਮੇ ਪਏ ਰਹਿੰਦੇ ਸਨ, ਕਲਯੁਗ ਜੋ ਆ ਗਿਆ ਸੀ, ਕੋਲ ਕਲਯੁਗ ਹਨੇਰਾ ਸੰਸਾਰ ਤੇ ਪੈ ਗਿਆ ਸੀ, ਮਾਤਾ ਜੀ ਕਹਿੰਦੀ ਹੈ
ਕਿ ਨਾਨਕ ਨੂੰ ਪਤਾ ਨਹੀਂ ਕੀ ਹੋ ਗਿਆ, ਨਾਨਕ ਲੰਮੇ ਪਏ ਰਹਿੰਦੇ ਨੇ, ਨਾ ਕੁਛ ਖਾਂਦਾ ਏ ਨਾ ਖਾਣ ਪੀਂਦਾ ਏ, ਤੇ ਨਾਨਕ ਵਾਸਤੇ ਵੈਦ ਬੁਲਾ ਲੈਂਦੇ ਆ ਜੀ। ਤੇ ਉਹ ਪਹਿਲਾਂ ਵੈਦ ਹੀ ਆਉਂਦੇ ਸਨ ਨਾ, ਤੇ ਵੈਦ ਬਾਹ ਫੜ ਕੇ ਵੇਖਦੇ ਸਨ ਨਾਲ, ਤੇ ਉਹ ਫਿਰ ਵੈਦ ਬੁਲਾਇਆ ਏ, ਤੇ ਵੈਦ ਨੇ ਜਦੋਂ ਬਾਬੇ ਨਾਨਕ ਦੀ ਬਾਹ ਫੜੀ ਤੇ ਵੈਦ ਨੂੰ ਵਿੱਚੋਂ ਆਪਣੇ ਦੁੱਖ ਨਜ਼ਰ ਆ ਗਏ ਜੀ। ਤੇ ਫਿਰ ਉਹ ਵੈਦ ਬੁਲਾਇਆ, ਵੈਦ ਕੀ ਪਕੜ ਟੋਲੇ ਬਾਹੇ, ਵੈਦ ਨਾ ਪੋਰਾ ਜਾਣਦਾ ਕਰ ਕਲੇਜੇ ਮਾਏ, ਆ ਗਿਆ ਜੀ ਦਾਤਾ ਵੈਦ ਰੋਗੀਆਂ ਦਾ, ਵੈਦ ਰੋਗੀਆਂ ਦਾ ਜੀ, ਵੈਦ ਰੋਗੀਆਂ ਦਾ। ਉਹਨੂੰ ਆਪਣੇ ਰੋਗ ਵਿੱਚੋਂ ਦਿਸ ਪਏ, ਤੇ ਫਿਰ ਉਹਨੇ ਆਖਿਆ ਪਰ ਤੂੰ ਮੈਨੂੰ ਤੇ ਮੇਰੀ ਤੇ ਕਲੇਜੇ ਵਿੱਚ ਇਹ ਵੇ ਕਿ ਕਈ ਗਿਆ ਕਲਯੁਗ ਘੋਰ ਆ ਗਿਆ ਏ, ਤੇ ਆਨੇ ਕਲਯੁਗ ਵਿੱਚ ਮਾਲਕ ਦੇ ਸਭ ਵਾਸਤੇ ਭਲੇ ਵਾਸਤੇ ਭੇਜਿਆ ਸਭ ਨੂੰ ਜੀ, ਮਾੜੇ ਕਰਨ ਤੇ ਭੇਜਿਆ ਹੀ ਨਹੀਂ ਵਾਹਿਗੁਰੂ ਨੇ, ਰੱਬ ਨੇ ਜਿਹਨੂੰ ਵੀ ਭੇਜਿਆ ਦੁਨੀਆਂ ਦੇ ਸੁਧਾਰ ਵਾਸਤੇ ਭੇਜਿਆ ਜੀ। ਬਿਲਕੁਲ, ਅੱਗੇ ਤੁਹਾਨੂੰ ਪਤਾ ਇਹ ਦਾਤਰੀ ਨੇ ਇੱਕ ਬਣੇ ਦੰਦੇ ਨੇ, ਤੇ ਦੁਨੀਆਂ ਨੂੰ ਤੇ ਦੋ ਬਣੇ ਨੇ, ਆ ਦੁਨੀਆਂ ਤੇ ਦੋ ਦੋ ਪਾਸੇ ਵੜਦੀ ਏ ਭਾਈ ਜੀ ਜੀ, ਉਹਨਾਂ ਨੂੰ ਨਿਬੜਿਆ ਨਹੀਂ ਜਾ ਸਕਦਾ ਜੀ। ਚਲੋ ਰੱਬ ਸਮਾਂ ਤੋਂ ਸਾਨੂੰ ਵੀ ਬਖਸ਼ੇ, ਸਭ ਨੂੰ ਸਮਤੀ ਬਖਸ਼ੇ ਰੱਬ ਦਾ ਜੀ ਜੀ ਜੀ। ਅੱਛਾ ਜੀ, ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ, ਰੱਬ ਰਾਖਾਲ। ਸਤਿ ਸ੍ਰੀ ਅਕਾਲ ਭੈਣ ਮੇਰੀ, ਸਤਿ ਸ੍ਰੀ ਅਕਾਲ। ਇਹ ਤਾਂ ਸਾਡੇ ਹਰਭਜਨ ਕੌਰ ਜੀ ਬਹੁਤ ਸੋਹਣੀਆਂ ਗੱਲਾਂ ਕਰਕੇ ਗਏ ਆ, ਦੱਸ ਕੇ ਵੀ ਗਏ ਆ ਕਿ ਜਿਹੜੇ ਇੱਦਾਂ ਆਉਂਦੇ ਆ ਲੋਕ ਉਹ ਕਸ਼ਟਾਂ ਝੱਲਦੇ ਆ ਲੋਕਾਂ ਲਈ, ਆਪਣੇ ਤਨ ਅਤੇ ਮਨ ਅਤੇ ਸਰੀਰ 'ਤੇ ਕਸ਼ਟਾਂ ਝੱਲ ਕੇ ਤਾਂ ਸੁੱਖ ਸਾਨੂੰ ਅਤੇ ਤੁਹਾਨੂੰ ਦੇ ਕੇ ਗਏ ਆ ਪਿਆਰੇ ਦਰਸ਼ਕ। ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਸੰਵਿਧਾਨ ਦੀ, ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਆਏ ਆ ਉਦੋਂ ਵੀ ਦੁਨੀਆ ਦਾ ਬਹੁਤ ਰੌਲਾ ਰੱਪਾ ਸੀਗਾ, ਕਿਉਂਕਿ ਜਾਤਾਂ ਦੇ ਵਿੱਚ ਵੰਡੇ ਹੋਏ ਲੋਕ ਸਨ। ਅਤੇ ਜਿਸ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਵੀਰ ਰਾਜਮਾਨਿਕ ਜੀ ਗੱਲ ਕਰਕੇ ਗਏ ਆ ਕਿ ਉਸ ਟਾਈਮ ਵੀ ਅਤੇ ਜਦੋਂ ਬਾਬਾ ਸਾਹਿਬ ਜੀ ਆਏ ਆ ਉਦੋਂ ਵੀ ਕਿਹੋ ਜਿਹਾ ਭਿਆਨਕ ਸਮਾਂ ਸੀ, ਪਰ ਜਿਹੜੀਆਂ ਉਹਨਾਂ ਨੇ ਉਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਉਹਨਾਂ ਲੋਕਾਂ ਲਈ ਉਹਨਾਂ ਨੇ ਚੰਗਾ ਕੰਮ ਕੀਤਾ ਜਿਨ੍ਹਾਂ ਲੋਕਾਂ ਨੂੰ ਉਹ ਜਾਣਦੇ ਵੀ ਨਹੀਂ ਸੀ। ਅੱਜ ਪਿਆਰੇ ਦਰਸ਼ਕੋ ਆਪਾਂ ਆਪਣੀ ਜਾਣ ਪਹਿਚਾਣ ਤੱਕ ਗੱਲ ਰੱਖਦੇ ਹਾਂ, ਪਰ ਉਹਨਾਂ ਨੇ ਹਰ ਇੱਕ ਲਈ ਜਿਨ੍ਹਾਂ ਨੂੰ ਰੋਟੀ ਕੱਪੜਾ ਔਰ ਮਕਾਨ ਦੀ ਲੋੜ ਸੀ, ਜਿਨ੍ਹਾਂ ਦੇ ਨਾਲ ਮਨੋਵਾਦੀ ਸੋਚ ਦੇ ਵਿੱਚ ਵੰਡੇ ਹੋਏ ਲੋਕ ਸਨ, ਉਹਨਾਂ ਨੂੰ ਪੂਰੇ ਹੱਕ ਬਾਏ ਲੋ ਕਾਨੂੰਨ ਦੇ ਹਿਸਾਬ ਦੇ ਨਾਲ ਹੱਕਾਂ ਦੀ ਪ੍ਰਾਪਤੀ ਲੈਣੇ ਦੀ ਸੋਝੀ ਬਖਸ਼ੀ ਆ। ਕਿਉਂਕਿ ਪਹਿਲਾਂ ਉਹਨਾਂ ਨੇ ਪੜ੍ਹਾਈ ਅਤੇ ਲਿਖਾਈ ਦਾ ਹੱਕ, ਵੋਟ ਦਾ ਹੱਕ, ਜਦੋਂ ਸੰਵਿਧਾਨ ਦੇ ਵਿੱਚ ਵੋਟ ਦਾ ਹੱਕ ਔਰਤ ਜਾਤ ਨੂੰ ਪ੍ਰਾਪਤ ਹੋਇਆ, ਚਲੋ ਮਰਦਾਂ ਨੂੰ ਤਾਂ ਪਹਿਲਾਂ ਸੀਗਾ ਵੋਟ ਦਾ ਹੱਕ, ਪਰ ਔਰਤ ਜਾਤ ਨੂੰ ਕੋਈ ਵੀ ਹੱਕ ਨਹੀਂ ਸੀ। ਜਦਕਿ ਇਹ ਕਹਿਣੇ ਨੂੰ ਬੜਾ ਦੁੱਖ ਲੱਗਦਾ ਆ ਮਨ ਨੂੰ, ਜਦੋਂ ਕਹਿੰਦੇ ਸੀਗੇ ਔਰਤ ਪੈਰ ਦੀ ਜੁੱਤੀ। ਪਿਆਰੇ ਦਰਸ਼ਕੋ, ਇਹੋ ਜਿਹੀਆਂ ਗੱਲਾਂ ਜਦੋਂ ਆਪਾਂ ਕਰਦੇ ਹਾਂ ਜਾਂ ਸੁਣਦੇ ਹਾਂ
ਉਹ ਇਨਸਾਨ ਅਤੇ ਇਨਸਾਨੀਅਤ ਕਿੱਥੇ ਸੀ? ਕਿਉਂਕਿ ਉਹ ਸੋਹਣੇ ਰੱਬ ਨੇ ਤਾਂ ਔਰਤ ਤਾਂ ਮਰਦ ਇੱਕੋ ਜਿਹੇ ਬਣਾਏ, ਪਰ ਇਨਸਾਨਾਂ ਨੇ ਵੰਡੀਆਂ ਪਾ ਦਿੱਤੀਆਂ। ਅਤੇ ਬਾਬਾ ਸਾਹਿਬ ਜੀ, ਸਤਿਗੁਰ ਰਵਿਦਾਸ ਜੀ, ਗੁਰੂ ਨਾਨਕ ਜੀ, ਜੀਸਸ ਕ੍ਰਾਈਸਟ ਜੀ, ਜਿੰਨੇ ਵੀ ਗੁਰੂ ਆਏ ਆ, ਉਹਨਾਂ ਨੇ ਬਰਾਬਰੀ ਦੇ ਹੱਕ, ਲਤਾੜਿਆ ਹੋਇਆਂ ਨੂੰ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਨੂੰ ਉਹਨੇ ਉੱਚੇ ਕੀਤਾ, ਫਰਸ਼ਾਂ ਤੋਂ ਚੁੱਕ ਕੇ ਅਰਸ਼ਾਂ 'ਤੇ ਬਿਠਾਇਆ। ਅੱਜ ਸਮਾਜ ਦੇ ਵਿੱਚ ਦੇਖੋ ਕਿੰਨੀਆਂ ਤਰੱਕੀਆਂ 'ਤੇ ਇਨਸਾਨ ਆ, ਔਰਤਾਂ ਕਿੰਨੀਆਂ ਤਰੱਕੀਆਂ 'ਤੇ ਆ, ਮਰਦ ਕਿੰਨੀਆਂ ਤਰੱਕੀਆਂ 'ਤੇ ਆ। ਇਹ ਸੰਵਿਧਾਨ ਦੀ ਬਦੌਲਤ ਅਤੇ ਪੀਰ ਪੈਗੰਬਰਾਂ ਦੀ ਮਿਹਨਤ, ਕਿਉਂਕਿ ਪਹਿਲਾਂ ਉਹਨਾਂ ਨੇ ਮਨੋਵਾਦੀ ਸੋਚ ਦੇ ਸਾਹਮਣੇ ਖੜ੍ਹੇ ਰਹੇ, ਡਟੇ ਰਹੇ, ਮੁਕਾਬਲਾ ਕਰਦੇ ਰਹੇ। ਸਮੇਂ ਸਮੇਂ ਦੇ ਨਾਲ ਪਿਆਰੇ ਦਰਸ਼ਕੋ, ਤੁਸੀਂ ਵੀ ਚੁੱਕੋ ਫੋਨ 'ਤੇ ਘੁਮਾਓ ਨੰਬਰ, ਬੜੀ ਲੋੜ ਆ ਤੁਹਾਡੇ ਬੋਲਣ ਦੀ। ਅੱਜ ਜੇ ਦੇਖੀਏ ਪੰਜਾਬ ਦੇ ਵਿੱਚ ਖੁਸ਼ੀਆਂ ਦੀ ਲਹਿਰ, ਇਹ ਸੰਵਿਧਾਨ ਕਰਕੇ ਹੀ ਹੈ। ਖੁਸ਼ੀਆਂ ਦੀ ਲਹਿਰ ਆਪਣੇ ਹੱਕਾਂ ਨੂੰ ਪਛਾਣਨ ਕਰਕੇ ਹੈ। ਇਹ ਜੋ ਘਰ ਘਰ ਦੇ ਵਿੱਚ ਖੁਸ਼ੀਆਂ ਆ ਪਿਆਰੇ ਦਰਸ਼ਕੋ, ਘਰ ਘਰ ਦੇ ਵਿੱਚ ਬਰਾਬਰੀ ਆ ਪਿਆਰੇ ਦਰਸ਼ਕੋ, ਇਹ ਸੰਵਿਧਾਨ ਕਰਕੇ ਆ। ਗੁਰੂਆਂ ਦੀ ਮਿਹਨਤ ਸਦਕਾ ਆ, ਜਿਨ੍ਹਾਂ ਨੇ ਕਿਹਾ ਆਪਣਾ ਮੂਲ ਪਛਾਣੋ, ਆਪਣੇ ਆਪ ਦੀ ਕਦਰ ਕਰੋ, ਆਪਣੇ ਹੱਕਾਂ ਨੂੰ ਪਹਿਚਾਣੋ। ਪਰ ਬਿਨਾਂ ਕਿਸੇ ਦੇ ਨਾਲ ਨਫ਼ਰਤ ਕੀਤੇ, ਬਿਨਾਂ ਕਿਸੇ ਦੇ ਨਾਲ ਬੈਰ ਵਿਰੋਧ ਕੀਤੇ, ਪਿਆਰ ਅਤੇ ਸਤਿਕਾਰ ਦੇ ਨਾਲ ਵੀ ਤੁਸੀਂ ਉਹਨਾਂ ਚੀਜ਼ਾਂ ਦਾ ਇਨਸਾਫ ਕਰ ਸਕਦੇ ਹੋ, ਨਿਮਰਤਾ ਦੇ ਨਾਲ ਵੀ ਉਹ ਚੀਜ਼ਾਂ ਦਾ ਇਨਸਾਫ ਕਰ ਸਕਦੇ ਹੋ। ਜਿਸ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਕੋਈ ਡੰਡਾ ਸੋਟਾ ਨਹੀਂ ਸੀ ਚੱਕਿਆ, ਉਹਨਾਂ ਨੇ ਵੀ ਆਪਣੇ ਸੰਘਰਸ਼ ਕੀਤਾ ਤਨ ਮਨ ਦੇ ਨਾਲ, ਬੜਾ ਕੁਝ ਸਹਿਣ ਕੀਤਾ ਉਹਨੇ। ਇਸੇ ਤਰ੍ਹਾਂ ਬਾਬਾ ਸਾਹਿਬ ਜੀ ਨੇ ਬੜਾ ਆਪਣੇ ਤਨ ਅਤੇ ਮਨ 'ਤੇ ਬੜੀਆਂ ਕਸ਼ਟਾਂ ਝੱਲੀਆਂ ਪਿਆਰੇ ਦਰਸ਼ਕੋ, ਤੁਹਾਡੀ ਲਈ ਤਾਂ ਸਾਡੀ ਲਈ। ਅੱਜ ਜਿੰਨੇ ਵੀ ਲੋਕ ਇਸ ਟਾਈਮ ਸੁਣਦੇ ਆ ਜਾਂ ਦੇਖਦੇ ਆ, ਸਭ ਜਾਣਦੇ ਆ ਕਿ ਸੰਵਿਧਾਨ ਦੇ ਵਿੱਚ ਜਿੰਨੇ ਹੱਕ ਆ, ਕਾਨੂੰਨੀ ਤੌਰ 'ਤੇ ਤੁਸੀਂ ਆਪਣੇ ਹੱਕ ਸਰਕਾਰੀ ਦਰਬਾਰੇ ਕੁੰਡਾ ਖੜਕਾ ਸਕਦੇ ਹੋ। ਪਹਿਲਾਂ ਨਹੀਂ ਸੀ, ਪਹਿਲਾਂ ਕਿਸੇ ਦੀ ਕੋਈ ਸੁਣ ਸੁਣਾਈ ਹੈ ਨਹੀਂ ਸੀਗਾ, ਇਨਸਾਨ ਨੂੰ ਇਨਸਾਨ ਨਹੀਂ ਸੀ ਸਮਝਿਆ ਜਾਂਦਾ। ਜਦੋਂ ਸਮਾਂ ਬਦਲਿਆ, ਸਮਾਂ ਬਦਲ ਦੇ ਨਾਲ ਇਨਸਾਨ ਦੀ ਸੋਚ ਬਦਲੀ। ਇਹ ਜੋ ਪੜ੍ਹਾਈ ਆ, ਇਹ ਜੋ ਸੰਵਿਧਾਨ ਆ, ਇਹਦੇ ਵਿੱਚ ਲਿਖੇ ਗਏ ਇੱਕ ਇੱਕ ਅੱਖਰ ਤੁਹਾਡੇ ਹੱਕਾਂ ਦੀ ਗਵਾਹੀ ਭਰਦਾ ਆ। ਪਿਆਰੇ ਦਰਸ਼ਕੋ,
ਇਹ ਜੋ ਜਾਤ ਪਾਤ ਦਾ ਕੂੜ ਸੀ ਉਹ ਵੀ ਸਤਿਗੁਰਾਂ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਭ ਕੁਛ ਬਰਾਬਰ ਬਰਾਬਰ ਲਿਖ ਦਿੱਤਾ। ਉਸ ਟਾਈਮ ਪਿਆਰੇ ਦਰਸ਼ਕੋ ਬਾਬਾ ਸਾਹਿਬ ਜੀ ਨੂੰ ਵੀ ਬੜੀਆਂ ਔਫਰਾਂ ਮਿਲੀਆਂ ਹੋਣਗੀਆਂ ਵੀ ਸੰਵਿਧਾਨ ਨੂੰ ਛੱਡ ਅਤੇ ਸਾਡੀ ਵੱਲ ਆ, ਕਿਉਂਕਿ ਜਿੰਨੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦਾ ਸਮਾਜ ਉਹਨਾਂ ਦੇ ਨਾਲ ਸੀ ਕਰੋੜਾਂ ਦੇ ਹਿਸਾਬ ਦੇ ਨਾਲ, ਲੱਖਾਂ ਕਰੋੜਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਬਾਬਾ ਸਾਹਿਬ ਜੀ ਦੀ ਸਪੋਰਟ ਕਰਨ ਵਾਲੇ ਲੋਕ ਸਨ। ਪਿਆਰੇ ਦਰਸ਼ਕੋ ਜਦੋਂ ਇਹ ਨਵੀਆਂ ਗੱਲਾਂ ਹੁੰਦੀਆਂ, ਨਵੀਂ ਵਿਚਾਰ ਹੁੰਦੀ, ਕੋਈ ਵੀ ਇਹੋ ਜਿਹੇ ਮਹਾਨ ਲੋਕ ਜਾਂ ਆਪਾਂ ਕਹਿ ਦਈਏ ਬਹਾਦਰ ਯੋਧੇ ਲੋਕ ਇਹ ਜੋ ਆਉਂਦੇ ਆ ਤਾਂ ਫਿਰ ਇਹੋ ਜਿਹੇ ਲੋਕਾਂ ਨੂੰ ਕਸ਼ਟਾਂ ਵੀ ਝੱਲਣੀਆਂ ਪੈਂਦੀਆਂ ਆ। ਜਦੋਂ ਉਹ ਚੀਜ਼ ਦੇ ਮੂਹਰੇ ਖੜਨਾ, ਡੱਟਣਾ, ਗੱਲ ਕਰਨੀ ਅਤੇ ਅੱਗੋਂ ਜੋ ਉਹ ਮਾੜੀ ਸੋਚ ਵਾਲੇ ਲੋਕ ਸੁਣਦੇ ਵੀ ਨਹੀਂ ਹੁੰਦੇ, ਪਰ ਜਦੋਂ ਇਹ ਚੀਜ਼ਾਂ ਬਣਦੀਆਂ ਆ ਬਾਬਾ ਸਾਹਿਬ ਜੀ ਨੇ ਆਪਣੀ ਸੋਚ ਦੇ ਮੁਤਾਬਕ ਸੰਵਿਧਾਨ ਨੂੰ ਲਿਖਿਆ, ਸੰਵਿਧਾਨ ਨੂੰ ਹੋਂਦ ਦੇ ਵਿੱਚ ਲਿਆਂਦਾ। ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਉਹ ਰਹਿਬਰ ਨੂੰ, ਬਾਬਾ ਸਾਹਿਬ ਜੀ ਨੂੰ, ਜਿਹਨੇ ਵੋਟ ਦਾ ਹੱਕ ਲੈ ਕੇ ਔਰਤ ਨੂੰ ਉੱਚਾ ਚੁੱਕਿਆ, ਬਰਾਬਰੀ ਦਾ ਹੱਕ ਦਵਾਇਆ ਕਿ ਤੁਹਾਡੇ ਵੀ ਹੱਕ ਬਰਾਬਰ ਦੇ ਆ, ਫਿਰ ਵੋਟ ਦਾ ਹੱਕ ਲਿਆ ਤਾਂ ਫਿਰ ਪੜ੍ਹਾਈ ਦਾ ਹੱਕ ਵੀ ਬਰਾਬਰੀ ਦਾ। ਪਿਆਰੇ ਦਰਸ਼ਕੋ ਪੜ੍ਹਾਈ ਦਾ ਹੱਕ ਅਤੇ ਆਪਣੇ ਲਈ ਬੋਲਣ ਦਾ ਅਧਿਕਾਰ, ਆਪਣੇ ਲਈ, ਆਪਣੀਆਂ ਧੀਆਂ ਲਈ, ਆਪਣੇ ਪਰਿਵਾਰ ਲਈ ਹੱਕ ਲੈਣ ਦੀ ਸੋਝੀ, ਕਿ ਜਿਹੜੀ ਪੜ੍ਹਾਈ ਆ, ਪੜ੍ਹਾਈ ਤੁਹਾਡੀ ਤੀਸਰੀ ਆਖਿਆ। ਪਿਆਰੇ ਦਰਸ਼ਕੋ ਅਸੀਂ ਤਕਰੀਬਨ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਕਿ ਪੜ੍ਹਾਈ ਤੁਹਾਡੀ ਤੀਸਰੀ ਆਖਿਆ, ਜਿਹਦੇ ਨਾਲ ਤੁਸੀਂ ਆਪਣੇ ਆਪ ਦੀ ਪਹਿਚਾਣ ਕਰ ਸਕਦੇ ਹੋ। ਜੇ ਤੁਸੀਂ ਆਪਣੇ ਆਪ ਦੀ ਪਹਿਚਾਣ ਕਰਦੇ ਹੋ ਤਾਂ ਫਿਰ ਦੂਸਰਿਆਂ ਦੇ ਨਾਲ ਵੀ ਤੁਸੀਂ ਨਿਆਂਕਾਰ ਬਣਦੇ ਹੋ, ਦੂਜੇ ਦੀ ਵੀ ਸੋਚ ਨੂੰ ਤੁਸੀਂ ਸਮਝਦੇ ਹੋ, ਪਰਖਦੇ ਹੋ, ਤਾਂ ਫਿਰ ਤੁਸੀਂ ਨਿਆਂ ਕਰਦੇ ਆ। ਇਹ ਹੀ ਤਾਂ ਬਾਬਾ ਸਾਹਿਬ ਜੀ ਚਾਹੁੰਦੇ ਸਨ, ਤੁਸੀਂ ਇੱਕ ਦੂਜੇ 'ਤੇ ਵਿਸ਼ਵਾਸੀ ਬਣੋ, ਇੱਕ ਦੂਜੇ ਦੀ ਗੱਲ ਨੂੰ ਸੁਣੋ, ਸਮਝੋ, ਵਿਚਾਰੋ ਅਤੇ ਨਿਆਂ ਕਰੋ, ਨਿਆਂਕਾਰ ਹੋਵੋ, ਹੱਕੋ ਹੱਕ ਤੋਲੋ ਅਤੇ ਸੱਚੋ ਸੱਚ ਬੋਲੋ। ਜੋ ਕਾਨੂੰਨ ਲਿਖੇ ਗਏ ਸੰਵਿਧਾਨ ਦੇ ਵਿੱਚ ਹਰ ਇੱਕ ਲਈ ਇੱਕੋ ਜਿਹੇ ਆ। ਪਿਆਰੇ ਦਰਸ਼ਕੋ ਉਹ ਕਾਨੂੰਨਾਂ ਦੇ ਨਾਲ ਤੁਸੀਂ ਆਪਣਾ ਹੱਕ ਪ੍ਰਾਪਤ ਕਰ ਸਕਦੇ ਹੋ। ਹੱਕ ਕਿਹੜੇ? ਜੇ ਕਿਤੇ ਤੁਹਾਡਾ ਕਿਤੇ ਜਾਤ ਦੇ ਨਾਂ 'ਤੇ ਤੁਹਾਨੂੰ ਕੁਛ ਕਿਹਾ ਜਾਂਦਾ
ਜਾਂ ਕਿਸੇ ਹੋਰ ਵੀ ਕਿਸੇ ਗੱਲ ਦੇ ਨਾਲ ਜੋੜਿਆ ਜਾਂਦਾ ਤਾਂ ਉੱਥੇ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੋ। ਸੰਵਿਧਾਨ ਕਰਕੇ ਲੋਕ ਸੁੱਖਾਂ ਦੇ ਵਿੱਚ ਵੱਸਦੇ ਆ। ਇਹ ਜੋ ਉਹਨਾਂ ਨੇ ਕਾਸਟਾਂ ਝੱਲੀਆਂ ਸੀ ਅਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਪਿਆਰੇ ਦਰਸ਼ਕੋ, ਕਿਉਂਕਿ ਇਹਨਾਂ ਚੀਜ਼ਾਂ ਨੂੰ ਹੀਰੇ ਮੋਤੀਆਂ ਦੀ ਤਰ੍ਹਾਂ ਉਹ ਚੀਜ਼ਾਂ ਹਨ ਸੰਵਿਧਾਨ ਨੂੰ ਸੰਭਾਲ ਕੇ ਰੱਖਣਾ। ਜਿੱਦਾਂ ਕਹਿੰਦੇ ਬਾਬਾ ਸਾਹਿਬ ਜੀ ਦੇ ਬੋਲ ਹੀਰੇ ਮੋਤੀਆਂ ਦੇ ਨਾਲੋਂ ਮਹਿੰਗੇ ਬੋਲ ਸਨ, ਜਿਨ੍ਹਾਂ ਦੀ ਹੌਲੀ ਹੌਲੀ ਪਰਖ ਆ ਰਹੀ ਆ, ਹੌਲੀ ਹੌਲੀ ਸਮਝ ਆ ਰਹੀ ਆ ਉਹ ਖਜ਼ਾਨੇ ਕਿਹੜੇ, ਜਿਨ੍ਹਾਂ ਖਜ਼ਾਨਿਆਂ ਨੂੰ ਸਮਝ ਕੇ ਆਪ ਤਾਂ ਸੁਖੀ ਹੋਣਾ ਹੀ ਆ ਪਿਆਰੇ ਦਰਸ਼ਕੋ, ਫਿਰ ਆਪਣੇ ਸਮਾਜ 'ਚ, ਆਪਣੇ ਘਰਾਂ ਦੇ ਵਿੱਚ, ਆਪਣੀ ਭਾਈਚਾਰੇ ਦੇ ਵਿੱਚ ਸੁੱਖ ਹੀ ਸੁੱਖ, ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਹੋਵੇਗਾ। ਕਿਉਂਕਿ ਇਹ ਜਿਹੜੇ ਸਾਡੇ ਟੌਪਿਕ ਹੁੰਦੇ ਆ ਪਿਆਰੇ ਦਰਸ਼ਕੋ, ਤੁਹਾਡੀ ਸਪੋਰਟ ਹੁੰਦੀ ਆ, ਉਹ ਜੋ ਤੁਹਾਡੀ ਸਪੋਰਟ ਆ ਇਹਦੇ ਨਾਲ ਸਾਡੇ ਵੀ ਹੌਂਸਲੇ ਬੁਲੰਦ ਹੁੰਦੇ ਆ ਅਤੇ ਕਾਂਛੀ ਟੀਵੀ ਦੀ ਵੀ ਸਪੋਰਟ ਵੱਧਦੀ ਆ। ਕਾਂਛੀ ਟੀਵੀ ਅੱਜ ਬੁਲੰਦੀਆਂ 'ਤੇ ਆ, ਇਹ ਤੁਹਾਡੀ ਸਪੋਰਟ ਦੇ ਨਾਲ, ਕਿਉਂ ਇਹ ਤੀਸਰੀ ਅੱਖ ਮਿਲੀ ਤਾਂ ਸਪੋਰਟ ਕਰਨੇ ਦੀ ਸੋਝੀ ਆਈ ਕਿ ਮੀਡੀਆ ਜ਼ਰੂਰੀ ਚਾਹੀਦਾ ਆ। ਮੀਡੀਆ ਦੇ ਨਾਲ ਤੁਸੀਂ ਆਪਣੀ ਗੱਲ ਨੂੰ ਲੋਕਾਂ ਦੇ ਵਿੱਚ ਰੱਖ ਸਕਦੇ ਹੋ। ਪਿਆਰੇ ਦਰਸ਼ਕੋ, ਇਹ ਜੋ ਚੀਜ਼ਾਂ ਇਹ ਇੱਕ ਇਕੱਠ ਦੇ ਨਾਲ ਹੁੰਦੀਆਂ ਆ, ਇੱਕ ਵਿਸ਼ਵਾਸ ਦੇ ਨਾਲ ਹੁੰਦੀਆਂ ਆ। ਜਦੋਂ ਇੱਕ ਦੂਜੇ 'ਤੇ ਵਿਸ਼ਵਾਸੀ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਮੰਨ ਲਿਆ, ਜਿੱਦਾਂ ਕਹਿੰਦੇ ਇੱਕ ਨੇ ਕਹੀ ਦੂਜੇ ਨੇ ਮੰਨੀ ਅਤੇ ਨਾਨਕ ਕਹਿੰਦਾ ਦੋਨੋਂ ਗਿਆਨੀ, ਇੱਥੇ ਫਿਰ ਉਹ ਗਿਆਨੀ ਗਿਆਨਵਾਨ ਇਨਸਾਨ ਹੋ ਜਾਂਦਾ। ਜਦੋਂ ਇੱਕ ਨੇ ਕਹਿ ਲਈ ਤਾਂ ਦੂਜੇ ਨੇ ਮੰਨ ਲਈ, ਫਿਰ ਦੋਨੋਂ ਹੀ ਧਿਰਾਂ ਗਿਆਨੀ ਹੁੰਦੀਆਂ, ਗਿਆਨਵਾਨ ਸਮਝਦਾਰ, ਕਿਉਂਕਿ ਜਦੋਂ ਸਮਝ ਆ ਗਈ ਫਿਰ ਇਨਸਾਨ ਸਮਝਦਾਰ ਹੋ ਜਾਂਦਾ ਹੈ। ਪਿਆਰੇ ਦਰਸ਼ਕੋ, 9 ਤਰੀਕ ਨੂੰ ਇੱਥੇ ਕਾਂਛੀ ਟੀਵੀ ਦੇ ਸਟੂਡੀਓ 'ਤੇ 108 ਸ਼ਹੀਦ ਰਾਮਾਨੰਦ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋਵੇਗਾ ਅਤੇ ਤੁਸੀਂ ਆਉਣਾ ਆ, ਆਪਣੇ ਪਰਿਵਾਰਾਂ ਨੂੰ ਲੈ ਕੇ ਆਪ ਵੀ ਆਉਣਾ ਆ, ਪਰਿਵਾਰਾਂ ਨੂੰ ਲਿਆਉਣਾ ਆ ਅਤੇ ਆਪਣੀਆਂ ਰੌਣਕਾਂ ਦੇ ਵਿੱਚ ਵਾਧਾ ਕਰਨਾ ਹੈ। ਅਤੇ ਪਿਆਰੇ ਦਰਸ਼ਕੋ, ਗੱਲ ਕਰਦੇ ਆਪਾਂ ਸੰਵਿਧਾਨ ਦੀ, ਕਿਉਂਕਿ ਸੰਵਿਧਾਨ ਦੇ ਵਿੱਚ ਸਭ ਕੁਛ ਲਿਖਿਆ ਗਿਆ। ਬਾਬਾ ਸਾਹਿਬ ਜੀ ਨੇ ਸਾਰਾ ਕੁਛ ਅਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਜੋ ਬਾਣੀ ਦੇ ਵਿੱਚ ਲਿਖਿਆ, ਸਤਿਗੁਰ ਰਵਿਦਾਸ ਮਹਾਰਾਜ ਜੀ ਵੀ ਸੰਘਰਸ਼ ਕਰਦੇ ਸਨ। ਉਹਨਾਂ ਦਾ ਸੰਘਰਸ਼ ਪਹਿਲਾਂ ਧਾਰਮਿਕਤਾ,
ਕਿ ਅਸੀਂ ਵੀ ਉਹ ਚੀਜ਼ ਕਰ ਸਕਦੇ ਹਾਂ। ਮਨੋਵਾਦੀ ਸੋਚ ਵਾਲੇ ਲੋਕਾਂ ਦੇ ਸਾਹਮਣੇ ਡਟ ਕੇ ਖੜੇ ਹੋਏ, ਅਤੇ ਇਸੇ ਤਰ੍ਹਾਂ ਬਾਬਾ ਸਾਹਿਬ ਜੀ ਵੀ ਡਟ ਕੇ ਖੜੇ ਹੋਏ। ਤਾਂ ਜੇ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਤੁਹਾਡੀ ਲਈ, ਤਾਂ ਸਾਡੀ ਲਈ ਅੱਜ ਸਮਾਜ ਬੁਲੰਦੀਆਂ 'ਤੇ ਆ, ਹਰ ਇੱਕ ਫੀਲਡ ਦੇ ਵਿੱਚ ਕਾਮਯਾਬ ਆ। ਪਿਆਰੇ ਦਰਸ਼ਕੋ, ਪਹਿਲਾਂ ਵਧੀਆ ਕੋਲਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹਾਂਜੀ, ਜੈ ਗੁਰਦੇਵ ਜੀ, ਚਰਨਜੀਤ ਸਿੰਘ ਕੋਲੋਂ। ਧੰਨ ਗੁਰਦੇਵ ਜੀ, ਵੀਰ ਜੀ ਆਓ ਜੀ, ਜੀ ਆਇਆਂ ਨੂੰ। ਕਿਉਂਕਿ ਕੋਈ ਵੀ ਮੁਲਕ ਹੈਗਾ, ਉਹਨਾਂ ਦਾ ਆਪੋ ਆਪਣਾ ਸੰਵਿਧਾਨ ਹੈਗਾ, ਉਹਦੇ ਹਿਸਾਬ ਦੀ ਜਿਹੜੀਆਂ ਸਾਰਾ ਕੁਝ ਜਿਹੜਾ ਸਿਸਟਮ ਚੱਲਦਾ ਹੈਗਾ ਜੀ, ਅਤੇ ਆਪਾਂ ਨੂੰ ਵੀ ਜਿਹੜਾ ਹੈਗਾ ਸੰਵਿਧਾਨ ਜੋ ਲੱਗ ਤੋਂ ਮੇਲਕਾਰ ਨੇ ਬਾਬਾ ਸਾਹਿਬ ਨੇ ਬਣਾਇਆ ਸੀਗਾ, ਜੀ ਜਿੱਦਾਂ ਮਿਹਨਤ ਕਰਕੇ ਜਿੱਦਾਂ ਹੈਗਾ ਬਣਾਇਆ ਗਿਆ ਹੈਗਾ ਜੀ, ਅਤੇ ਸਾਰੇ ਜਿਹੜੇ ਹੈ ਮੁਲਕ ਦੇ ਉਹਨਾਂ ਦੇ ਹਰ ਇੱਕ ਦਾ ਜਿਹੜਾ ਚਾਹੇ ਕੋਈ ਵੀ ਕਿਸਮ ਬਣਦਾ ਹੈਗਾ ਉਹਦਾ ਖਿਆਲ ਰੱਖਿਆ ਗਿਆ ਹੈਗਾ ਜੀ, ਅਤੇ ਇਹਦੇ ਕਰਕੇ ਸਾਨੂੰ ਜਿਹੜੇ ਹੈਗੇ ਹੱਕ ਵੀ ਮਿਲੇ ਹੈਗੇ ਆ, ਨਹੀਂ ਤਾਂ ਸਾਡੀ ਕੋਈ ਕੁਛ ਕੁਛ ਹੈ ਹੀ ਨਾ ਸੀਗੀ ਜੀ। ਅਤੇ ਸੋ ਵਾਕਈ ਕਹਿੰਦੇ ਹਨ ਕਿ ਜਿਹੜੇ ਵੋਟਾਂ ਦਾ ਆਪਾਂ ਨੂੰ ਜਦੋਂ ਅਧਿਕਾਰ ਮਿਲਿਆ ਹੈਗਾ ਤਾਂ ਆਪਾਂ ਸਹੀ ਤਰੀਕੇ ਨਾਲ ਪਾਉਣੀਆਂ ਚਾਹੀਦੀਆਂ ਹੈਗੀਆਂ ਜੀ। ਚਲੋ ਹੁਣ ਤਾਂ ਜਿੱਦਾਂ ਵੀ ਹੈਗਾ ਜੋ ਕੁ ਹੋ ਗਿਆ ਹੈਗਾ, ਅਤੇ ਗਾਂਹ ਵੀ ਜਿੱਦਾਂ ਹੈਗਾ ਹੌਲੀ ਹੌਲੀ ਖਿਆਲ ਰੱਖਣਾ ਚਾਹੀਦਾ ਹੈਗਾ ਜੀ। ਸੋ ਸਹਿਜਲ ਸਾਹਿਬ ਦੀਆਂ ਚੈਨਲ ਇੰਨਾ ਸਾਂਝੀ ਕਰਦਾ ਜੀ, ਕਹਿੰਦਾ ਹਨ ਕਿ ਉਹਨਾਂ ਸਮਝੌਤੇ ਅੰਦਰ ਹੀ ਸਾਨੂੰ ਹੱਕ ਅਤੇ ਅਧਿਕਾਰ ਮਿਲੇ, ਸਿੱਖਿਆ ਸਰਕਾਰੀ ਨੌਕਰੀਆਂ ਦੇ ਸਾਨੂੰ ਖੁੱਲ੍ਹੇ ਦੁਆਰ ਮਿਲੇ ਜੀ। ਬਾਬਾ ਸਾਹਿਬ ਬਦੌਲਤ ਪਛੜਿਆ ਪਛੜਿਆਂ ਨੂੰ ਇਹ ਸਭ ਹੱਕ ਪਹਿਲੀ ਵਾਰ ਮਿਲੇ, ਸਾਨੂੰ ਰਾਜਨੀਤੀ ਦੀ ਖਬਰ ਹੋਈ ਪਰ ਨੇਤਾ ਲੋਕ ਬਕਾਰ ਮਿਲੇ, ਸਾਨੂੰ ਇੱਕ ਬਰਾਬਰ ਵੋਟ ਮਿਲੀ, ਇਹਦਾ ਸਹੀ ਸਹੀ ਇਸਤੇਮਾਲ ਕਰੋ, ਇਹ ਰਾਜ ਭਾਗ ਦੀ ਚਾਬੀ ਹੈ, ਇਹਦੀ ਵਰਤੋਂ ਅਕਲਾਂ ਨਾਲ ਕਰੋ, ਇਹਦੀ ਵਰਤੋਂ ਅਕਲਾਂ ਨਾਲ ਕਰੋ, ਜੇ ਆਪਾਂ ਸਹੀ ਢੰਗ ਨਾਲ ਇਹਦੀ ਵਰਤੋਂ ਕਰਾਂਗੇ ਤਾਂ ਕੋਈ ਨਾ ਕੋਈ ਜਿਹੜੇ ਆਪਾਂ ਨੂੰ ਜਿਹੜੇ ਹੱਕ ਮਿਲੂਗੇ, ਨਹੀਂ ਤਾਂ ਫਿਰ ਜਿਹੜੇ ਉੱਦਾਂ ਦੇ ਉਹਨੂੰ ਪਾਉਂਗੇ ਵੋਟਾਂ ਦਾ ਆਪਾਂ ਫਿਰ ਜਿਹੜੇ ਚਾਹੇ ਸੰਵਿਧਾਨ 'ਚ ਵੀ ਲਿਖਿਆ ਵੀ ਹੈਗਾ ਫਿਰ ਵੀ ਆਪਾਂ ਨੂੰ ਪੂਰੀ ਜਿਹੜੇ ਹੱਕ ਨਹੀਂ ਮਿਲਦੇ ਹੈਗੇ ਆ ਜੀ। ਸੋ ਹਾਂਜੀ, ਕਿਉਂਕਿ ਆਪਣੇ ਬਾਕੀ ਸੰਵਿਧਾਨ ਦਾ ਜਿਹੜਾ ਹੈਗਾ ਅਤੇ ਉਹਦੀ ਸਹੀ ਵਰਤੋਂ ਹੋਣੀ ਚਾਹੀਦੀ ਹੈਗੀ ਆ, ਆਪਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਇਸ ਵਿੱਚ ਮੁਲਕ ਦਾ ਵੀ ਭਲਾ, ਆਪਣਾ ਵੀ ਜਿੱਦਾਂ ਸਾਰਿਆਂ ਨੂੰ ਜਿਹੜੇ ਹੈਗੇ ਆ ਬਣਦੇ ਹੱਕੇ ਮਿਲਣੇ ਚਾਹੀਦੇ ਹੈਗੇ ਆ। ਸੋ ਤੁਹਾਡਾ ਕੰਚ ਟੀਵੀ ਦਾ ਬਾਬਾ ਸਾਹਿਬ ਨੂੰ ਵੀ ਕੋਟ ਕੋਟ ਨਮਸਕਾਰਦੇ ਹੈਗੇ ਆ, ਕਿਉਂਕਿ ਵੀ ਦੂਸਰਾ ਗ੍ਰੰਥ ਹੈਗਾ ਜਿਹੜਾ ਆਪਣੇ ਸੰਵਿਧਾਨ ਹੈਗਾ ਜੀ, ਅਤੇ ਜਦੋਂ ਵੀ ਐਮਪੀ ਬਣਦੇ ਹਨ ਸਹੁੰ ਚੁੱਕਦੇ ਹਨ ਇਹ ਗ੍ਰੰਥੀਆਂ, ਇਹ ਚਾਹੀਦਾ ਹੈਗਾ ਉਹਨਾਂ ਨੂੰ ਵੀ ਇੱਥੇ ਚੱਲਣਾ, ਗੌਰਮੈਂਟਾਂ ਨੂੰ ਬੜਾ ਸੋਹਣਾ ਜਿਹੜਾ ਮੁਲਕ ਦੀ ਤਰੱਕੀ ਹੋ ਸਕਦੀ, ਸਾਰੇ ਕਹਿੰਦੇ ਹਰ ਕੇ ਰੋਟੀ ਕੱਪੜਾ ਮਕਾਨ ਮਿਲ ਸਕਦਾ ਹੈਗਾ। ਸੋ ਇਹ ਆਪਾਂ ਬੇਨਤੀਆਂ ਕਰਦੇ ਹੈਗੇ ਹਾਂ ਸਾਰਿਆਂ ਨੂੰ ਜਗ ਦੇ, ਧੰਨਵਾਦ। ਧੰਨ ਗੁਰਦੇਵ ਵੀਰ ਜੀ, ਧੰਨ ਗੁਰਦੇਵ ਜੀ, ਇਹ ਤਾਂ ਸਾਡੇ ਬਹੁਤ ਸਤਿਕਾਰਯੋਗ ਵੀਰ ਚਰਨਜੀਤ ਸਮਕ ਜੀ ਕਮੇਟਰੀ ਤੋਂ। ਬਾਕਿਆ ਹੀ ਉਹਨਾਂ ਨੇ ਜਿਹੜੀਆਂ ਗੱਲਾਂ ਸੰਵਿਧਾਨ ਆ ਨਾ, ਇਹ ਤੁਹਾਡੀ ਤੀਸਰੀ ਆਖਿਆ, ਇਹਦੇ ਵਿੱਚ ਲਿਖੇ ਗਏ ਜੋ ਵੀ ਆ ਕਾਨੂੰਨ ਆ ਉਹ ਸਭਨਾਂ ਲਈ ਆ, ਸਭਨਾਂ ਲਈ ਆ। ਪਿਆਰੇ ਦਰਸ਼ਕੋ, ਇਹ ਸਾਡੇ ਵੀਰ ਦੇ ਬਹੁਤ ਸੋਹਣੇ ਵਿਚਾਰ ਸਨ, ਆਪਣੇ ਵਿਚਾਰਾਂ ਨੂੰ ਬੁਲੰਦ ਕਰਕੇ ਗਏ ਆ, ਕਿਉਂਕਿ ਹਰ ਇੱਕ ਦੀ ਸੋਚ, ਇਹ ਜਿਹੜਾ ਸੰਵਿਧਾਨ ਆ ਇਹਦੀ ਸੋਚ ਦੇਖੋ, ਇਹਦੇ ਉੱਤੇ ਚੱਲੋ ਤਾਂ ਆਪਸ ਵਿੱਚ ਵੀ ਭਾਈਚਾਰਾ ਅੱਛਾ ਹੁੰਦਾ ਆ। ਜਦੋਂ ਆਪਸ ਵਿੱਚ ਹੀ ਰਲ ਬੈਠੋਗੇ ਤਾਂ ਫਿਰ ਨਵੀਂ ਸੋਚ ਅਤੇ ਨਵੀਂ ਵਿਚਾਰ ਅਤੇ ਸੰਵਿਧਾਨ, ਜਿੱਦਾਂ ਇਹ ਸਾਡੇ ਵੀਰ ਜੀ ਕਹਿ ਕੇ ਗਿਆ ਦੂਸਰਾ ਗ੍ਰੰਥ ਆ, ਵਾਕਿਆ ਹੀ ਜਿਹਦੇ ਵਿੱਚ ਤੁਹਾਨੂੰ ਸਭ ਕੁਛ ਮਿਲਦਾ ਆ, ਉਹ ਇੱਕ ਗ੍ਰੰਥ ਆ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣੇ ਦਾ, ਜ਼ਿੰਦਗੀ ਦੇ ਵਿੱਚ ਸੁੱਖ ਲਿਆਉਣੇ ਦਾ, ਕਿਸ ਤਰ੍ਹਾਂ ਰਲ ਬੈਠਣਾ ਹੈ, ਕਿਸ ਤਰ੍ਹਾਂ
ਮਨੁਵਾਦੀ ਸੋਚ ਵਾਲੇ ਲੋਕਾਂ ਦਾ ਮੁਕਾਬਲਾ ਕਰਨਾ ਆ, ਕਿਸ ਤਰ੍ਹਾਂ ਆਪਣੇ ਹੱਕਾਂ ਦੀ ਰਾਖੀ ਕਰਨੀ ਆ, ਇਹ ਸਭ ਕੁਛ ਸੰਵਿਧਾਨ ਦੇ ਵਿੱਚ ਲਿਖਿਆ ਗਿਆ। ਅਤੇ ਨਾਲ ਨਾਲ ਔਰਤ ਨੂੰ ਵੀ ਉੱਚਾ ਦਰਜਾ ਦਿੱਤਾ ਗਿਆ। ਪਿਆਰੇ ਦਰਸ਼ਕੋ, ਚੰਗਾ ਸਨਮਾਨ ਔਰਤ ਨੂੰ ਇਸ ਸੰਵਿਧਾਨ ਦੇ ਵਿੱਚ ਆ, ਕਿਉਂਕਿ ਔਰਤ ਲਈ ਇਹ ਨਵਾਂ ਰਸਤਾ ਤਰੱਕੀਆਂ ਦਾ। ਜੇ ਆਪਾਂ ਅੱਜ ਗੱਲ ਕਰੀਏ, ਸੰਵਿਧਾਨ ਕਰਕੇ ਹੀ ਔਰਤ ਤਰੱਕੀਆਂ 'ਤੇ ਆ, ਸੰਵਿਧਾਨ ਕਰਕੇ ਹੀ ਘਰਾਂ ਦੇ ਵਿੱਚ ਖੁਸ਼ੀਆਂ ਆ, ਸੰਵਿਧਾਨ ਕਰਕੇ ਹੀ ਅੱਜ ਜੋ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੀ ਪਹਿਚਾਣ ਕਰਕੇ ਲੋਕਾਂ ਨੇ ਆਪਣੀ ਨਵੀਂ ਸੋਚ ਨੂੰ ਪ੍ਰਗਟ ਕੀਤਾ, ਅਤੇ ਖੁਸ਼ੀਆਂ ਹੀ ਖੁਸ਼ੀਆਂ ਅੱਜ ਪੰਜਾਬ ਦੇ ਵਿੱਚ ਹੋ ਰਹੀਆਂ। ਅਤੇ ਪਿਆਰੇ ਦਰਸ਼ਕੋ, ਆਪਾਂ ਗੱਲ ਕਰਦੇ ਕਿ ਜਿਹੜੀ ਸੋਚ ਆ ਨਾ, ਇਹ ਇੱਕ ਚਾਨਣਾ ਆ। ਨਵੀਂ ਸੋਚ ਜਿਹੜੀ ਆ ਉਹ ਇੱਕ ਚਾਨਣਾ ਆ। ਸੋਚ ਹੀ ਤੁਹਾਡੀ ਜ਼ਿੰਦਗੀ ਨੂੰ ਸੁੱਖਾਂ ਦੇ ਵਿੱਚ ਲਿਆਉਂਦੀ ਆ। ਇਹ ਜੋ ਸੰਵਿਧਾਨ ਦੇ ਵਿੱਚ ਜਾਦੂ ਟੂਣੇ ਦਾ ਵੀ ਖਾਤਮਾ ਆ, ਕੋਈ ਜਾਦੂ ਟੂਣਾ ਜਾਂ ਕੋਈ ਜਾਤ ਪਾਤ ਇਹਨਾਂ ਤੋਂ ਰਹਿਤ ਕੀਤਾ ਗਿਆ। ਪਰ ਹਜੇ ਤੱਕ ਇਹ ਚੀਜ਼ਾਂ ਨੂੰ ਸਮਝ ਨਹੀਂ ਰਹੇ ਲੋਕ। ਜੇ ਸਮਝਦੇ ਹੁੰਦੇ ਤਾਂ ਅੱਜ ਤੱਕ ਉਹ ਚੀਜ਼ਾਂ ਦਾ ਖਾਤਮਾ ਹੋ ਜਾਣਾ ਚਾਹੀਦਾ ਸੀ, ਜਾਤ ਪਾਤ ਦਾ ਖੰਡਨ ਵੀ ਹੋ ਜਾਣਾ ਸੀ, ਜਾਦੂ ਟੂਣਿਆਂ ਤੋਂ ਵੀ ਰਹਿਤ ਹੋ ਜਾਣਾ ਸੀ। ਪਰ ਹਜੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੀ ਸਮਝ ਆ ਗਈ ਆ, ਉਹ ਤਾਂ ਧੰਨ ਹੋ ਗਏ। ਜਿਹੜੇ ਲੋਕ ਹਜੇ ਵੀ ਫਸੇ ਪਏ ਆ ਉਹਨਾਂ ਚੀਜ਼ਾਂ ਦੇ ਵਿੱਚ, ਉਹ ਹਜੇ ਭੁੱਲ ਭੁਲੇਖਿਆਂ ਦੇ ਵਿੱਚ ਫਸੇ ਹੋਏ ਆ। ਅਸੀਂ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ 'ਤੇ ਵੀ ਕਿਰਪਾ ਹੋਵੇ ਕਿ ਉਹ ਆਪਣਾ ਮੂਲ ਪਛਾਣਨ। ਆਪਣਾ ਮੂਲ ਪਛਾਣ ਕੇ ਤਾਂ ਆਪਣੀ ਸੋਚ ਨੂੰ ਬਦਲ। ਜਦੋਂ ਸੋਚ ਬਦਲਣੀ ਆ ਤਾਂ ਫੇਰ ਹੱਕ ਅਤੇ ਸੱਚ ਦੀ ਸੋਝੀ ਆਉਣੀ ਆ। ਪਿਆਰੇ ਦਰਸ਼ਕ, ਜਦੋਂ ਸੋਝੀ ਆਉਂਦੀ ਆ ਤਾਂ ਫੇਰ ਹੀ ਆਪਾਂ ਇੱਕ ਦੂਜੇ ਦੀ ਗੱਲ ਨੂੰ ਸਹਿਣ ਕਰ ਸਕਦੇ ਹਾਂ, ਤਾਂ ਕਹਿ ਵੀ ਸਕਦੇ ਹਾਂ। ਕਹਿਣੇ ਅਤੇ ਸੁਣਨੇ ਦੀ ਫੇਰ ਆਦਤ ਹੁੰਦੀ ਆ, ਫਿਰ ਆਪਾਂ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਉਹਨੂੰ ਸਮਝਣਾ ਵੀ ਇਹ ਗੱਲ ਕਿੰਨੀ ਲਾਹੇਵੰਦ ਆ, ਸਾਹਮਣੇ ਵਾਲੇ ਨੇ ਕਿੰਨੀ ਸੋਹਣੀ ਗੱਲ ਕੀਤੀ ਆ, ਉਹ 'ਤੇ ਕਿੰਤੂ ਪਰਿੰਤੂ ਨਹੀਂ ਹੋਣੀ। ਹਾਂ, ਜੇ ਕੋਈ ਥੋੜ੍ਹੀ ਵਾਲੀ ਚੰਗੀ ਨਾ ਲੱਗੇ ਫਿਰ ਤੁਸੀਂ ਕਹਿ ਸਕਦੇ ਹਾਂ ਵੀ ਹਾਂ ਆਹ ਗੱਲ ਨੂੰ ਇੱਦਾਂ ਨਹੀਂ ਤਾਂ ਇੱਦਾਂ ਆ। ਉੱਥੇ ਫਿਰ ਕੋਈ ਵੀ ਲੜਾਈ ਝਗੜਾ ਨਹੀਂ ਹੁੰਦਾ, ਕਿਉਂਕਿ ਵਿਚਾਰ ਬਦਲ ਗਏ, ਸਮਝ ਬਦਲ ਗਈ, ਸੋਝੀ ਆ ਗਈ। ਇਹ ਹੀ ਤਾਂ ਬਾਬਾ ਸਾਹਿਬ ਜੀ ਕਹਿੰਦੇ ਸੀ ਕਿ ਇਹੋ ਜਿਹਾ ਸਮਾਜ ਹੋਵੇ। ਅਤੇ ਸਮਾਜ ਹੁਣ ਉਹਨਾਂ ਤਰੱਕੀਆਂ ਵੱਲ ਤੁਰ ਪਿਆ। ਪਿਆਰੇ ਦਰਸ਼ਕ, ਉਹਨਾਂ ਤਰੱਕੀਆਂ ਵੱਲ ਜਾ ਰਿਹਾ ਆ ਜਿਹੋ ਜਿਹੀ ਸੋਚ
ਸੰਵਿਧਾਨ ਦੇ ਵਿੱਚ ਲਿਖੀ ਗਈ ਆ। ਜਿਹੋ ਜਿਹੀ ਸੋਚ ਬਾਬਾ ਸਾਹਿਬ ਦੀ ਸੋਚ ਸੀ, ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਸੋਚ ਸੀ। ਉਹਨਾਂ ਨੇ ਕੋਈ ਧਰਮ ਨਹੀਂ ਬਣਾਇਆ, ਉਹਨਾਂ ਨੇ ਸਿਰਫ ਆਪਣਾ ਇਨਸਾਨ ਅਤੇ ਇਨਸਾਨੀਅਤ ਲਈ ਧਰਮ ਕਮਾਇਆ। ਇਹ ਨਹੀਂ ਵੀ ਆਹ ਫਲਾਨਾ ਧਰਮ ਆ, ਆਹ ਫਲਾਨਾ ਧਰਮ ਆ, ਉਹ ਧਰਮਾਂ 'ਚ ਨਹੀਂ ਵੰਡੇ ਗਏ। ਉਹ ਹੱਕਾਂ ਲਈ ਉਹਨਾਂ ਨੇ ਆਵਾਜ਼ ਚੁੱਕੀ ਆ। ਜਿਹੜੇ ਹੱਕ ਤੁਹਾਡੇ ਆਪਣੀ ਆਪਣਾ ਮੂਲ ਪਛਾਣ ਕੇ ਆਪਣੇ ਹੱਕਾਂ ਲਈ ਖੜ੍ਹੇ ਰਹਿਣਾ, ਆਪਣੇ ਹੱਕਾਂ ਲਈ ਗੱਲ ਕਰਨੀ, ਜਿੱਥੇ ਤੁਹਾਡੇ ਨਾਲ ਬੇਇਨਸਾਫੀ ਹੁੰਦੀ ਆ ਪਿਆਰੇ ਦਰਸ਼ਕੋ, ਉੱਥੇ ਤੁਸੀਂ ਆਪਣੀ ਗੱਲ ਨੂੰ ਕਹਿਣ ਦੀ ਸੋਝੀ ਰੱਖਦੇ ਹੋ। ਚਲੋ ਅੱਗੇ ਸੁਣਨੇ ਵਾਲੇ ਇਨਸਾਫ ਕਰਦੇ ਜਾਂ ਨਹੀਂ ਕਰਦੇ ਉਹਦੇ ਨਾਲ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ, ਪਰ ਤੁਸੀਂ ਗੱਲ ਤਾਂ ਆਪਣੀ ਰੱਖੀ ਨਾ, ਤੁਹਾਡਾ ਹੱਕ ਤਾਂ ਹੈ ਆਪਣੀ ਗੱਲ ਰੱਖਣ ਦਾ। ਜੇ ਤੁਸੀਂ ਆਪਣੀ ਗੱਲ ਨੂੰ ਰੱਖਦੇ ਹੋ, ਆਪਣੇ ਹੱਕ ਲਈ ਖੜ੍ਹਦੇ ਹੋ, ਕਿਤੇ ਨਾ ਕਿਤੇ ਜਾ ਕੇ ਉਹਦਾ ਇਨਸਾਫ ਵੀ ਹੋ ਜਾਂਦਾ ਹੈ। ਐਸੀ ਕੋਈ ਗੱਲ ਨਹੀਂ ਵੀ ਤੁਹਾਡੀ ਗੱਲ ਦਾ ਇਨਸਾਫ ਨਹੀਂ ਹੁੰਦਾ, ਹੁੰਦਾ ਆ, ਛੇਤੀ ਨਾ ਹੋਏਗਾ, ਥੋੜ੍ਹੀ ਦੇਰ ਬਾਅਦ ਹੋ ਜਾਏਗਾ। ਉਮੀਦ ਰੱਖੋ, ਕਦੀ ਡੋਲਣਾ ਨਹੀਂ ਚਾਹੀਦਾ। ਇਹ ਹੀ ਤਾਂ ਉਹ ਕਹਿੰਦੇ ਆ ਕਿ ਆਪਣੇ ਆਪ 'ਤੇ ਜਦੋਂ ਇਨਸਾਨ ਵਿਸ਼ਵਾਸੀ ਹੋ ਜਾਂਦਾ ਆ, ਫਿਰ ਉਹ ਕਦੀ ਡੋਲਦਾ ਨਹੀਂ, ਕਦੀ ਘਬਰਾਉਂਦਾ ਨਹੀਂ, ਅਟਲ ਆਪਣੀ ਸੱਚਾਈ 'ਤੇ ਰਹਿੰਦਾ ਹੈ। ਕਿ ਬਾਬਾ ਸਾਹਿਬ ਜੀ ਨੇ ਸੰਵਿਧਾਨ ਜਦੋਂ ਲਿਖਿਆ, ਲਿਖਣ ਤੋਂ ਬਾਅਦ ਜਦੋਂ ਉਹਨੇ ਉਸ ਟਾਈਮ ਦੇ ਮਨੂਵਾਦੀ ਸੋਚ ਵਾਲੇ ਲੋਕਾਂ ਨੂੰ ਦਿਖਾ ਲਿਆ, ਤਾਂ ਕੀ ਤੁਹਾਡਾ ਕੀ ਖਿਆਲ ਆ ਕਿ ਉਹ ਸਹਿਜੇ ਮੰਨ ਗਏ ਹੋਣਗੇ? ਹਜੇ ਵੀ ਨਹੀਂ ਮੰਨੇ, ਕਿਉਂਕਿ ਹਜੇ ਤੱਕ ਸੰਘਰਸ਼ ਚੱਲਦਾ। ਪਰ ਜੋ ਸੰਵਿਧਾਨ ਆ ਉਹੀ ਸਭ ਤੋਂ ਉੱਚਾ ਅਤੇ ਸੁੱਚਾ ਅਤੇ ਨਿਆਰਾ ਇਨਸਾਨਾਂ ਲਈ ਹੈ, ਹਰ ਇੱਕ ਲਈ ਹੈ, ਉਹਦੇ ਵਿੱਚ ਕੋਈ ਵੰਡੀ ਨਹੀਂ ਹੈ। ਖਾਸ ਕਰਕੇ ਜੋ ਇੰਡੀਆ ਭਾਰਤ ਦੀਆਂ ਔਰਤਾਂ, ਉਹਨਾਂ ਲਈ, ਜੇ ਭਾਰਤੀ ਔਰਤ ਦੀ ਸੋਚ ਚੰਗੀ ਹੋ ਜਾਵੇ, ਨਰੋਈ ਹੋ ਜਾਵੇ, ਹਜੇ ਚੰਗੀ ਸੋਚ ਹੋਈ ਨਹੀਂ ਪਿਆਰੇ ਦਰਸ਼ਕੋ, ਸਾਰੀਆਂ ਔਰਤਾਂ ਦੀ ਨਹੀਂ ਅਸੀਂ ਗੱਲ ਕਰਦੇ, ਬਹੁਤ ਸਾਰੀਆਂ ਔਰਤਾਂ ਕਰਕੇ ਇਹ ਜੋ ਚੀਜ਼ਾਂ ਹੁੰਦੀਆਂ, ਬਹੁਤ ਸਾਰਿਆਂ ਲੋਕਾਂ ਦੀ ਚੰਗੀ ਸੋਚ ਹੋ ਗਈ, ਵਿਚਾਰ ਚੰਗੇ ਹੋ ਗਏ, ਤਦੇ ਤਾਂ ਉੱਚੀਆਂ ਉੱਚੀਆਂ ਪੋਸਟਾਂ 'ਤੇ। ਪਰ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀ ਸੋਚ ਹੁੰਦੀ ਆ ਹੌਲੀ ਹੌਲੀ ਬਦਲਦੀ ਆ, ਜਦੋਂ ਇਹ ਚੰਗੀ ਸੋਚ ਚੰਗੇ ਵਿਚਾਰ ਘਰਾਂ ਦੇ ਵਿੱਚ ਵੀ ਹੋ ਗਏ, ਬਾਹਰ ਕੰਮਾਂ 'ਤੇ ਵੀ ਹੋ ਗਏ, ਔਰਤਾਂ ਦੀ ਯੂਨਿਟੀ ਹੋ ਗਈ, ਫਿਰ ਘਰਾਂ ਦੇ ਵਿੱਚ ਕਦੀ ਵਿਗਾੜ ਨਹੀਂ ਪੈਣਗੇ, ਅਤੇ ਪਿਆਰੇ ਦਾਸ਼ੋ ਕਦੀ ਕਿਸੇ ਦਾ ਡਿਵੋਰਸ ਵੀ ਨਹੀਂ ਹੋਵੇਗਾ। ਇਹ ਸੱਚੀ ਗੱਲ ਆ, ਜਿੱਥੇ ਔਰਤਾਂ ਦੀ ਯੂਨਿਟੀ ਹੋਵੇਗੀ ਉੱਥੇ ਕਦੀ ਡਿਵੋਰਸ ਨਹੀਂ ਹੋਵੇਗਾ, ਨਾ ਕਦੀ ਬੱਚੇ
ਆਪਣੇ ਪਿਓ ਤੋਂ ਵੱਖ ਹੋਣਗੇ। ਕਿਉਂਕਿ ਅੱਜ ਕੱਲ੍ਹ ਕਿਤੇ ਕਿਤੇ ਹੈ ਕਿ ਪਿਓ ਦੇ ਕੋਲ ਬੱਚੇ ਆ ਅਤੇ ਪਰ ਜ਼ਿਆਦਾ ਮਾਮਾ ਦੇ ਕੋਲ ਬੱਚੇ ਆ, ਤਾਂ ਉਹ ਬੱਚਿਆਂ ਦੀ ਪਰਵਰਿਸ਼ ਕੌਣ ਕਰਦਾ ਆ? ਇਹ ਜੇ ਆਪਾਂ ਉਹ ਵਿਚਾਰ ਨੂੰ ਦੇਖੀਏ, ਉਹਨਾਂ ਸੋਚਾਂ ਨੂੰ ਦੇਖੀਏ, ਉਹ ਧਨ ਪਿਓ ਦੀ ਕਮਾਈ 'ਚੋਂ ਜਾਂਦਾ ਆ। ਪਹਿਲਾਂ ਵਧੀਏ ਕੋਲ ਵੱਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਦੀਦੀ ਜੀ। ਧੰਨ ਗੁਰਦੇਵ ਜੀ, ਪਰਮਜੀਤ ਜੀ। ਹਾਂਜੀ ਜੀ, ਆ ਜਾਓ ਜੀ, ਆ ਬੜੇ ਚਿਰ ਬਾਅਦ ਆਏ ਤੁਸੀਂ। ਹਾਂਜੀ, ਲਾਸਟ ਵੀਕ ਸੋਰੀ ਲਾਸਟ ਵੀਕ ਜਦੋਂ ਮੈਂ ਟੀ ਵੀ ਔਨ ਕੀਤਾ ਉਦੋਂ 10-15 ਮਿੰਟ ਰਹਿ ਗਿਆ ਸੀ, ਫਿਰ ਮੈਂ ਕਿਹਾ ਹੁਣ ਨਹੀਂ ਗੱਲ ਹੋਣੀ ਹੈ ਨਾ। ਨਹੀਂ, ਕਰ ਲੈਣ, 10-15 ਮਿੰਟ ਤਾਂ ਬਹੁਤ ਹੁੰਦੇ ਆ, ਆ ਸਕਦੇ ਤੁਸੀਂ। ਨਹੀਂ ਪਰ ਤੁਸੀਂ ਫਿਰ ਥੋੜੇ ਚਿਰ ਬਾਅਦ ਹੀ ਅਨਾਊਂਸ ਕਰ ਦਿੱਤਾ ਕਿ ਆਪਣੇ ਕੋਲ ਟਾਈਮ ਬਹੁਤ ਘੱਟ ਰਹਿ ਗਿਆ। ਓਕੇ ਜੀ, ਓਕੇ ਜੀ। ਹਾਂਜੀ ਠੀਕ ਹੈ ਜੀ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ। ਥੈਂਕ ਯੂ। ਹਾਂਜੀ, ਬਾਬਾ ਸਾਹਿਬ ਉਹਨਾਂ ਦੇ ਸੰਵਿਧਾਨ ਤੇ ਹਾਂਜੀ ਵਧੀਆ ਲੱਗ ਰਿਹਾ, ਸੁਣ ਰਹੀ ਹਾਂ ਬੈਠੀ ਮੈਂ। ਥੈਂਕ ਯੂ। ਹਾਂਜੀ, ਸੰਵਿਧਾਨ ਤਾਂ ਵਾਕਿਆ ਸਾਡਾ ਜਿਹੜਾ ਹੁੰਦਾ, ਪਹਿਲਾਂ ਨੀ ਸੀ ਕਹਿੰਦੇ ਸਫਲਤਾ ਦੀ ਕੁੰਜੀ ਜਿਹੜੀ ਹੁੰਦੀ ਨਾ, ਇੱਕ ਉਹ ਵੱਡੀ ਵਾਲੀ ਇੱਕ ਚਮਕਦਾ ਹੀਰਾ ਆ। ਹਾਂਜੀ ਬਿਲਕੁਲ ਬਿਲਕੁਲ, ਉਹੀ ਗੱਲ ਅਸਾਂ ਇੱਕ ਕੋਹੇਨੂਰ ਕੋਹੇਨੂਰੀ ਆ ਹਨਾ, ਜੇ ਉਹਦੀ ਜੇ ਉਹਨਾਂ ਗੱਲਾਂ ਤੇ ਚੱਲੀਏ ਤਾਂ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਚਲੋ ਜਿੱਦਾਂ ਅਸੀਂ ਹੁਣ ਸੁਣਦੇ ਹੀ ਆਏ ਹਾਂ ਤਕਰੀਬਨ, ਹਜੇ ਸਾਨੂੰ ਮੌਕਾ ਤਾਂ ਨਹੀਂ ਮਿਲਿਆ ਕਿ ਅਸੀਂ ਯਾਨੀ ਕਿ ਸੰਵਿਧਾਨ ਨੂੰ ਪੜ੍ਹ ਸਕੀਏ, ਤੇ ਮੈਂ ਤੇ ਤਕਰੀਬਨ ਇਹੋ ਹੀ ਚਾਹੁੰਦੀ ਹਾਂ ਕਿ ਹੁਣ ਆਪਣੇ ਸਾਰੇ ਇੰਡੀਆ ਵਿੱਚ, ਪੰਜਾਬ ਵਿੱਚ ਜਿੰਨੇ ਵੀ ਥਾਵਾਂ ਤੇ ਬਾਬਾ ਸਾਹਿਬ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਹਨਾ, ਸਾਡੇ ਪਿੰਡ ਵਿੱਚ ਵੀ ਮਨਾਇਆ ਗਿਆ, ਇੱਥੋਂ ਹੀ ਗਏ ਸੀ ਸਾਡੇ ਚਾਚਾ ਜੀ ਲੱਗਦੇ ਸੀ, ਉਹ ਗਏ ਹੋਏ ਸੀਗੇ ਤੇ ਬਹੁਤ ਵਧੀਆ, ਸਾਰੇ ਕਹਿੰਦੇ ਬਹੁਤ ਵਧੀਆ ਉਹਨਾਂ ਨੇ ਮਨਾਇਆ, ਬਹੁਤ ਵਧੀਆ ਵਿਚਾਰ ਸੀ ਇਹਨਾਂ ਦੇ, ਸਾਰਿਆਂ ਨੇ ਗੱਲਾਂ ਸੁਣੀਆਂ ਤੇ। ਹਾਂਜੀ, ਤੇ ਲਾਸਟ ਜਿਹਾ ਬਰਥਡੇ ਸੀ ਬਾਬਾ ਸਾਹਿਬ ਉਹਨਾਂ ਦਾ, ਉਦੋਂ ਵੀ ਉਹਨਾਂ ਨੇ ਇੱਕ ਫਿਲਮ ਬਣਾਈ ਸੀਗੀ ਤੇ ਉਹ ਵੀ ਸਾਰੇ ਦਿਖਾਈ, ਸਾਰੇ ਜਾਣੀ ਕਿ ਉਹਨਾਂ ਨੇ ਪਿੰਡ ਨੂੰ ਦਿਖਾਈ ਜਿੱਦਾਂ, ਤੇ ਬੱਚਿਆਂ ਨੂੰ ਪਤਾ ਲੱਗੇ ਹਨਾ ਸਾਰਿਆਂ ਨੂੰ, ਕਿਉਂਕਿ ਏਦਾਂ ਆਪਾਂ ਨੂੰ ਏਦਾਂ ਨੀ ਪਤਾ ਲੱਗਦਾ ਹਨਾ, ਆਪਾਂ ਹੁਣ ਏਦਾਂ ਗੱਲਾਂ ਸਿਰਫ ਕਰਦੇ ਹਾਂ, ਕੋਈ ਸੁਣਦਾ ਕੋਈ ਨਹੀਂ ਸੁਣਦਾ, ਜੇ ਹੁਣ ਏਦਾਂ ਇੱਕ ਫਿਲਮ ਬਣਾ ਕੇ ਦਿਖਾਈ ਆ, ਬੱਚਿਆਂ ਨੂੰ ਪਤਾ ਲੱਗਾ ਉਹਨਾਂ ਨੂੰ ਕਿੰਨਾ ਕੁਛ ਸੁਣਨ ਨੂੰ ਦੇਖਣ ਸਿੱਖਣ ਨੂੰ ਮਿਲਿਆ ਕਿ ਸਾਡੇ ਨਾਲ ਕਿੱਦਾਂ ਹੁੰਦੀ ਸੀ ਤੇ ਕਿੱਦਾਂ ਕਿੱਥੋਂ ਅਸੀਂ ਕਿੱਥੇ ਤੱਕ ਆਏ ਹਾਂ ਹਨਾ, ਬੜੀਆਂ ਤਰੱਕੀਆਂ ਕਰ ਲਈਆਂ। ਹਾਂਜੀ, ਬਹੁਤ ਜ਼ਿਆਦਾ ਤਰੱਕੀਆਂ ਕੀਤੀਆਂ ਹਨਾ, ਹਰ ਕੋਈ ਹੁਣ ਤਾਂ ਤਕਰੀਬਨ ਹਰ ਕੋਈ ਸੋਝੀਵਾਨ ਬਣੀ ਗਿਆ ਹਨਾ, ਤੇ ਬਸ ਇਹ ਹੀ ਮੈਂ ਚਾਹੁੰਦੀ ਕਿ ਜਿੱਦਾਂ ਹੁਣ ਜਿੱਦਾਂ ਆਪਣੇ ਸਕੂਲਾਂ ਵਿੱਚ ਮੇਰੇ ਖਿਆਲ ਵਿੱਚ ਨਹੀਂ ਕਿ ਹਜੇ ਜਾਣੀ ਕਿ ਇੰਨੀਆਂ ਜ਼ਿਆਦਾ ਬੁੱਕਾਂ ਹੋਣਗੀਆਂ, ਤੇ ਕਿਉਂਕਿ ਜਿੱਦਾਂ ਥੋੜੀਆਂ ਸ਼ਾਰਟਕੱਟ ਵਿੱਚ ਜਿੱਦਾਂ ਜਿਹੜੀ ਕਿ ਨਾ ਸੰਵਿਧਾਨ ਦੇ ਜਿੱਦਾਂ ਥੋੜਾ ਮੇਨ ਮੇਨ ਪੁਆਇੰਟ ਹੋਣ ਤੇ ਉਹ ਜਾਣੀ ਕਿ ਸਾਰੀਆਂ ਆਪਾਂ ਚੂਜ਼ ਕਰਕੇ ਇੱਦਾਂ ਬੁੱਕਾਂ ਬਣੀਆਂ ਹੋਣ ਤੇ ਸਾਰੇ ਈਜ਼ੀ ਉਹਨਾਂ ਨੂੰ ਪੜ੍ਹ ਸਕਦੇ ਆ ਹਨਾ, ਸਾਰਿਆਂ ਨੂੰ ਜਾਣੀ ਕਿ ਕਾਫੀ ਅੱਜ ਕੱਲ੍ਹ ਬੁੱਕਾਂ ਵੀ ਕਾਫੀ ਆ, ਪ੍ਰਚਾਰ ਵੀ ਕਾਫੀ ਆ। ਬਰਮਿੰਗਮ ਦੇ ਵਿੱਚ ਵੀ 9 ਤਰੀਕ ਨੂੰ ਮਨਾਇਆ ਜਾਣਾ ਆ ਬਾਬਾ ਸਾਹਿਬ ਜੀ ਦਾ ਜਨਮ ਦਿਨ। ਅੱਛਾ ਜੀ। ਹਾਂਜੀ, ਤੇ ਇਹਦਾ ਅੱਜ ਕੱਲ੍ਹ ਬਹੁਤ ਪ੍ਰਚਾਰ ਆ, ਯੂਟਿਊਬ 'ਤੇ ਵੀ ਤੁਸੀਂ ਜਾ ਕੇ ਦੇਖੋ, ਤਾਂ ਉਹ ਖੋਲ੍ਹ ਕੇ ਦੇਖੋ ਬਾਬਾ ਸਾਹਿਬ ਦੀ ਹਿਸਟਰੀ, ਉਹਨਾਂ ਨੂੰ ਪੜ੍ਹ ਕੇ ਦੇਖੋ, ਬਹੁਤ ਬੜਾ ਕੁਛ ਆ ਅੱਜ ਕੱਲ੍ਹ ਤਾਂ। ਹਾਂਜੀ ਹਾਂਜੀ ਹਾਂਜੀ, ਹੁਣ ਤਾਂ ਵੈਸੇ ਮੇਰੇ ਸਾਰੀ ਸਾਰੀਆਂ ਭਾਸ਼ਾਵਾਂ ਵਿੱਚ ਹੀ ਆ ਗਿਆ। ਜੀ ਜੀ ਜੀ, ਜ਼ਰੂਰ ਹੋਊਗਾ ਜੀ।
ਤੇ ਇਸ ਕਰਕੇ ਮੈਂ ਵੈਸੇ ਬਹੁਤ ਵਾਰੀ ਚਾਹਿਆ ਕਿ ਮੈਂ ਜਾਣੀ ਕਿ ਸੰਵਿਧਾਨ ਨੂੰ ਪੜ੍ਹਨਾ ਚਾਹਵਾਂ, ਕਿਉਂਕਿ ਉਹਦੇ ਵਿੱਚ ਗੱਲਾਂ ਹੀ ਇੰਨੀਆਂ ਜਾਣੀ ਕਿ ਉਹਨਾਂ ਨੇ ਡੂੰਘਾਈ 'ਚ ਲਿਖੀਆਂ ਹੋਈਆਂ ਆ ਕਿ ਉਹ ਲੱਗਦਾ ਨਹੀਂ ਕਿ ਜਾਣੀ ਕਿ ਸਾਡੇ ਖਾਨੇ ਇੰਨੀ ਛੇਤੀ ਪੈ ਜਾਣਗੀਆਂ ਔਖੀਆਂ ਆ। ਹਾਂਜੀ, ਹੈ ਨਾ, ਜਿੱਦਾਂ ਦੇ ਉਹਨਾਂ ਨੇ ਜਿਹੜੀ ਵੀ ਲੈਂਗੁਏਜ ਯੂਜ਼ ਕੀਤੀ ਹੋਈ ਆ ਉਹ ਬਹੁਤ ਡਿਫੀਕਲਟ ਹੋਊਗੀ ਤੇ ਉਹ ਸਾਰਿਆਂ ਲਈ ਈਜ਼ੀ ਨਹੀਂ ਹੈਗਾ, ਹੈ ਨਾ। ਤੇ ਇਸ ਕਰਕੇ ਚਲੋ ਕੋਸ਼ਿਸ਼ ਕਰੀਦੀ ਆ, ਕੋਈ ਜਿੱਦਾਂ ਕੋਈ ਨਾ ਕੋਈ ਪੋਸਟ ਪਾਉਂਦੇ ਰਹਿੰਦੇ ਆ, ਉਹਨਾਂ ਨੂੰ ਪੜ੍ਹਦੇ ਆ, ਪਤਾ ਲੱਗਦਾ ਆ ਕਿ ਹਾਂ ਏਦਾਂ ਸੀਗੀ, ਚਲੋ ਇਹ ਕੁਛ ਨਵਾਂ ਸਿੱਖਣ ਨੂੰ ਮਿਲਿਆ, ਹੈ ਨਾ। ਬਹੁਤ ਤਰੱਕੀ ਹੋਈ ਆ ਤੇ ਵਧੀਆ ਸਾਰਾ ਕੁਛ ਹੀ ਆ, ਹੈ ਨਾ, ਵਧੀਆ ਲੱਗਦਾ ਆ। ਤਾਂ ਬਸ ਇਹੀ ਆਪਣੇ ਦਾ ਇਹੀ ਵਿਚਾਰ ਸੀਗੇ, ਤਾਂ ਵਧੀਆ ਲੱਗਦਾ ਕਿਉਂਕਿ ਹਰ ਸਾਲ ਹੁਣ ਜਨਮ ਦਿਨ ਮਨਾਏ ਜਾਂਦੇ ਆ, ਜ਼ਿਆਦਾ ਲੋਕਾਂ ਨੂੰ ਪਤਾ ਲੱਗ ਰਿਹਾ ਆ। ਹਾਂਜੀ, ਇਹੀ ਆ। ਜੇ ਹੁਣ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸੰਵਿਧਾਨ ਨੂੰ ਪੜ੍ਹੋ ਨਾ, ਤੇ ਬੱਚੇ ਵੀ ਹਜੇ ਤੁਹਾਨੂੰ ਪਤਾ ਇੱਥੇ ਵਾਲੇ ਬੱਚੇ ਜਿੱਦਾਂ ਦੇ ਹੈਗੇ ਹੀ ਆ, ਹੈ ਨਾ। ਨਹੀਂ, ਬੱਚੇ ਬਹੁਤ ਚੰਗੇ ਆ, ਬਹੁਤ ਚੰਗੇ ਚੰਗੇ, ਪਰ ਉਹਨਾਂ ਨੂੰ ਬਹੁਤ ਮੁਸ਼ਕਲ ਲੱਗਦਾ, ਹੈ ਨਾ। ਜਿੱਦਾਂ ਜੇ ਅਸੀਂ ਕਹਾਂਗੇ ਤੁਸੀਂ ਪੜ੍ਹੋ ਪੜ੍ਹੋ, ਦੇਖੋ ਕੀ ਕੀਤਾ ਬਾਬਾ ਸਾਹਿਬ ਉਹਨਾਂ ਨੇ ਆਪਣੇ ਵਾਸਤੇ ਕੀ ਕੀਤਾ, ਉਹਨਾਂ ਦੀ ਦੇਣ ਆ ਜਿਹੜੇ ਆਪਾਂ ਇੱਥੇ ਬੈਠੇ ਹਾਂ ਜੀ, ਉਹਨਾਂ ਦੀ ਦੇਣ, ਉਹਨਾਂ ਦੀ ਦੇਣ ਆ, ਹੈ ਨਾ। ਅਸੀਂ ਉਹਨਾਂ ਨੂੰ ਸਪੈਸ਼ਲ ਉਹਨਾਂ ਦੇ ਘਰ ਵੀ ਲੈ ਕੇ ਇੱਥੇ ਲੰਡਨ ਦਿਖਾ ਕੇ ਲੈ ਕੇ ਆਏ ਸੀਗੇ, ਅਸੀਂ ਘਰ ਵੀ ਦੇਖ ਕੇ ਆਏ ਹਾਂ, ਤੇ ਬੜਾ ਮਨ ਨੂੰ ਸਕੂਨ ਮਿਲਿਆ ਉੱਥੇ ਜਾ ਕੇ। ਉਹ ਫੀਲਿੰਗ ਆਉਂਦੀ ਸੀ ਕਿ ਹੈ ਉਸ ਟਾਈਮ ਬਾਬਾ ਜੀ ਹੁਣੀ ਕਿੱਦਾਂ ਕਿੰਨਾ ਸੰਘਰਸ਼ ਕੀਤਾ ਉਹਨਾਂ ਇਸ ਘਰ ਵਿੱਚ ਰਹਿ ਕੇ, ਹੈ ਨਾ ਜੀ। ਤੇ ਬਹੁਤ ਵਧੀਆ ਲੱਗਾ, ਮੈਂ ਤਾਂ ਸਾਰਿਆਂ ਨੂੰ ਕਹੂੰਗੀ ਕਿ ਸਾਰੇ ਜਾ ਕੇ ਦੇਖ ਕੇ ਆਉਣ ਘਰ ਨੂੰ, ਜਿਹੜੇ ਵੀ ਕੋਈ ਲੋਕ ਇੰਡੀਆ ਤੋਂ ਆਉਂਦੇ ਆ, ਜਿੱਦਾਂ ਨਵੇਂ ਆਉਂਦੇ ਆ, ਸਭ ਤੋਂ ਪਹਿਲਾਂ ਇਹ ਜਾਣੀ ਕਿ ਉੱਥੇ ਜਾ ਕੇ ਆਉਣ ਜੀ, ਤੇ ਦੇਖਣ, ਹੈ ਨਾ। ਹਾਂਜੀ, ਇਹੀ ਆ। ਬਾਕੀ ਉਹਨਾਂ ਦਾ ਨਾਮ ਤਾਂ ਰਹਿੰਦੀ ਦੁਨੀਆਂ ਤੱਕ ਹੈ, ਪੂਰੀ ਦੁਨੀਆਂ ਤੱਕ ਚਮਕਦਾ ਰਹਿਣਾ, ਜੋ ਕੁਛ ਸਾਡੇ ਲਈ ਖਜ਼ਾਨਾ ਛੱਡ ਕੇ ਗਏ ਆ। ਬਿਲਕੁਲ ਬਿਲਕੁਲ, ਹਾਂਜੀ। ਤੇ ਚਲੋ ਉਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਜੈ ਗੁਰੂਦੇਵ ਜੀ, ਧੰਨ ਗੁਰੂਦੇਵ ਜੀ, ਜੈ ਭੀਮ, ਜੈ ਭਾਰਤ। ਥੈਂਕ ਯੂ ਭੈਣ ਮੇਰੀ, ਓਕੇ ਜੀ, ਜੈ ਗੁਰਦੇਵ ਜੀ, ਜੈ ਭੀਮ ਜੀ। ਇਹ ਤਾਂ ਸਾਡੀ ਪਰਮਜੀਤ ਜੀ ਹੇਜ ਤੋਂ। ਬਾਬਾ ਸਾਹਿਬ ਜੀ ਦਾ ਜੋ ਸੰਵਿਧਾਨ ਆ ਪੜ੍ਹਨਾ ਚਾਹੁੰਦੇ ਆ, ਅਤੇ ਕੋਸ਼ਿਸ਼ ਕੀਤੀ ਤਾਂ ਸਭ ਕੁਛ ਮਿਲਦਾ ਆ। ਤਾਂ ਇੱਕ ਦਿਨ ਇਹਨਾਂ ਦੇ ਹੱਥ ਦੇ ਵਿੱਚ ਸੰਵਿਧਾਨ ਦੇ ਹੋਵੇਗਾ ਜੋ ਪੜ੍ਹਨਗੇ, ਕਿਉਂਕਿ ਇਹ ਪਿਆਰੇ ਦਰਸ਼ਕੋ ਇੱਕ ਲਗਨ ਹੁੰਦੀ ਆ। ਇਹ ਬਹੁਤ ਸੋਹਣੀਆਂ ਗੱਲਾਂ ਕਰਕੇ ਗਿਆ ਆ ਕਿ ਆਪਣੇ ਬੱਚਿਆਂ ਨੂੰ ਵੀ ਸਿਖਾਲਣਾ ਚਾਹੀਦਾ ਆ ਵੀ ਜਿਹੜਾ ਉਹ ਬਾਬਾ ਸਾਹਿਬ ਜੀ ਜਿੱਥੇ ਆਏ ਸੀ ਮਿਊਜ਼ੀਅਮ ਬਣਿਆ ਆ, ਉਹ ਹਰ ਇੱਕ ਨੂੰ ਦੇਖਣਾ ਚਾਹੀਦਾ ਆ, ਉਹਦੇ ਦਰਸ਼ਨ ਕਰਨੇ ਚਾਹੀਦੇ ਆ, ਹਾਂ ਕਰਨੇ ਚਾਹੀਦੇ ਆ, ਅਤੇ ਆਪਣੇ ਬੱਚਿਆਂ ਨੂੰ ਲਿਜਾ ਕੇ ਵੀ ਕਰਾਉਣੇ ਚਾਹੀਦੇ ਆ। ਇਹ ਇਹਨਾਂ ਦਾ ਸੰਦੇਸ਼ ਆ। ਪਿਆਰੇ ਦਰਸ਼ਕੋ, ਜਿੰਨੇ ਵੀ ਸਾਡੇ ਕੋਲਰ ਆਉਂਦੇ ਆ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਆ, ਸਾਡੇ ਆਪਣੇ ਵਿਚਾਰ ਹੁੰਦੇ, ਇਹਦੇ ਨਾਲ ਕਾਂਛੀ ਟੀ ਵੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅਤੇ ਪਰ ਇਹ ਜਿਹੜੇ ਸਾਡੇ ਕੋਲਰ ਆਉਂਦੇ ਆ, ਇਹਨਾਂ ਦੇ ਬੋਲਾਂ ਦੇ ਵਿੱਚ, ਇਹਨਾਂ ਦੀ ਸੋਚ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਹੁੰਦੀਆਂ, ਜੋ ਕਿ ਸੁਣਨੇ ਵਾਲੇ ਜਾਂ ਦੇਖਣ ਵਾਲੇ ਆ ਉਹਨਾਂ ਨੂੰ ਵੀ ਅਵੇਅਰਨੈਸ ਮਿਲਦੀ ਆ। ਕਈ ਵਾਰੀ ਤਾਂ ਇੱਕ ਦੂਜੇ ਦੀਆਂ ਗੱਲਾਂ ਨੂੰ ਸੁਣ ਕੇ ਇਨਸਾਨ ਆਪਣੇ ਅੰਦਰੋਂ ਬਦਲ ਜਾਂਦਾ ਆ ਕਿ ਵਾਕਿਆ ਹੀ ਜੋ ਸਾਡੇ ਲਈ ਕੋਈ ਵੀ ਇਨਸਾਨ ਚੰਗਾ ਕਰਦਾ ਆ, ਅਸੀਂ ਉਹ ਚੰਗਿਆਈ ਨੂੰ ਫੜ ਕੇ ਤੁਰੀਏ। ਅਤੇ ਪਿਆਰੇ ਦਰਸ਼ਕੋ, ਕਾਂਛੀ ਟੀ ਵੀ ਦੇ ਰਾਹੀਂ ਬਹੁਤ ਅਵੇਅਰਨੈਸ ਹੋਈ ਆ ਘਰਾਂ ਦੇ ਵਿੱਚ, ਅਤੇ ਇਸੇ ਤਰ੍ਹਾਂ ਹੁੰਦੀ ਰਹੇਗੀ। ਅਤੇ ਕਾਂਛੀ ਟੀ ਵੀ ਨੂੰ ਤੁਹਾਡੀ ਸਪੋਰਟ ਦੀ ਲੋੜ ਆ, ਅਤੇ ਤੁਸੀਂ ਕਰਦੇ ਵੀ ਹੋ ਅਤੇ ਕਰਦੇ ਰਹੋਗੇ। ਪਿਆਰੇ ਦਰਸ਼ਕੋ,
ਜਿਹੜੇ ਸਾਡੇ ਭੈਣ ਭਰਾ ਸਾਨੂੰ ਮਿਲਦੇ ਆ ਬਾਹਰ ਆਉਂਦੇ ਜਾਂਦੇ, ਜਿੱਦਾਂ ਕਹਿ ਦਿਓ ਬਾਹਰ ਆਪਾਂ ਵਿਚਰਦੇ ਹਾਂ ਦੁਨੀਆਦਾਰੀ ਦੇ ਵਿੱਚ, ਤਾਂ ਲੋਕ ਸਾਨੂੰ ਮਿਲਦੇ ਆ ਸਾਡੇ ਭੈਣ ਭਰਾ, ਜੋ ਤਾਰੀਫ ਕਰਦੇ ਆ ਪ੍ਰੋਗਰਾਮਾਂ ਦੀ ਤਾਰੀਫ ਕਰਦੇ ਆ, ਉਹਨਾਂ ਨੂੰ ਅਸੀਂ ਬਹੁਤ ਬਹੁਤ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਉਹਨਾਂ ਨੂੰ ਇਹ ਵੀ ਆ ਕਿ ਕਾਂਛੀ ਟੀ ਵੀ ਦੇ ਰਾਹੀਂ ਕਿੰਨਾ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਆ ਕਿ ਉਹ ਟਾਈਮ ਟੂ ਟਾਈਮ ਆਪਣੇ ਪ੍ਰੋਗਰਾਮ ਦੇਖਦੇ ਆ ਅਤੇ ਖੁਸ਼ ਹੋ ਕੇ ਬਹਿੰਦੇ ਆ। ਅਤੇ ਪਰ ਕਈ ਭੈਣਾਂ ਨੂੰ ਜਾਕਿਆ ਫੋਨ ਕਰਨ ਦੇ, ਉੱਦਾਂ ਉਹਨਾਂ ਨੂੰ ਸ਼ੌਂਕ ਆ ਗੱਲਾਂ ਸੁਣਨ ਦਾ, ਗੱਲਾਂ ਫੋਨ ਕਰਨ ਦਾ ਵੀ ਸ਼ੌਂਕ ਆ ਪਰ ਜਾਕਦੇ ਆ। ਕਈ ਵਾਰੀ ਕਹਿ ਦਿੰਦੀਆਂ ਸਾਡੀਆਂ ਭੈਣਾਂ ਕਿ ਹਾਂ ਸਾਨੂੰ ਜਾਕਿਆ, ਪਰ ਅਸੀਂ ਇਹ ਕਹਾਂਗੇ ਕਿ ਜੱਕ ਕੋਈ ਨਹੀਂ, ਆਪਣਾ ਹੀ ਘਰ ਆ, ਕਾਂਛੀ ਟੀ ਵੀ ਆਪਣਾ ਹੀ ਆ। ਜਿੱਦਾਂ ਦੀ ਵੀ ਤੁਹਾਡੀ ਗੱਲ ਆ ਤੁਸੀਂ ਕਰੋ ਅਤੇ ਜੱਕ ਆਪੇ ਖੁੱਲ੍ਹ ਜਾਣੀ ਹੈ। ਅਤੇ ਪਿਆਰੇ ਦਰਸ਼ਕੋ, ਅਸੀਂ ਸਾਰੇ ਕੂਲਰਾਂ ਦਾ ਸ਼ੁਕਰਾਨਾ ਕਰਦੇ, ਸਾਡੇ ਕੋਲ 2 ਮਿੰਟ ਰਹਿੰਦੇ ਆ, ਜੇ ਕਿਸੇ ਨੇ ਆਪਣੀ ਛੋਟੀ ਜਿਹੀ ਗੱਲ ਕਰਨੀ ਤਾਂ ਕਰ ਸਕਦੇ ਹੋ। ਅਤੇ ਅੱਜ ਆਪਾਂ ਗੱਲ ਕਰਦੇ ਸੀਗੇ ਸੰਵਿਧਾਨ ਬਾਰੇ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ ਔਰਤਾਂ ਦਾ ਆਪਸ ਵਿੱਚ ਵਿਸ਼ਵਾਸ ਬਹੁਤ ਹੋਣਾ ਚਾਹੀਦਾ ਆ ਅਤੇ ਹੋ ਵੀ ਰਿਹਾ ਆ। ਪਿਆਰੇ ਦਰਸ਼ਕੋ, ਸੰਵਿਧਾਨ ਦੇ ਵਿੱਚ ਬਹੁਤ ਕੁਛ ਆ। ਅੱਜ ਆਪਾਂ ਗੱਲ ਕਰਦੇ ਸੀਗੇ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਅਤੇ ਜਿੰਨੇ ਵੀ ਗੁਰੂ ਨਾਨਕ ਜੀ, ਜੀਸਸ ਕ੍ਰਾਈਸਟ ਜੀ, ਜਿੰਨੇ ਵੀ ਆਪਾਂ ਨਾਂ ਲੈ ਲਈਏ, ਸਭਨਾਂ ਨੇ ਆਪਣੇ ਆਪਣੇ ਸਮੇਂ ਦੇ ਨਾਲ ਆਪਣੇ ਲੋਕਾਂ ਲਈ, ਆਪਣੇ ਗਰੀਬ ਲੋਕਾਂ ਲਈ ਬਹੁਤ ਸੰਘਰਸ਼ ਕੀਤੇ, ਬਹੁਤ ਸੰਘਰਸ਼ ਕੀਤੇ, ਆਪਣੇ ਤਨ ਮਨ 'ਤੇ ਉਹਨਾਂ ਨੇ ਦੁੱਖ ਸਹਿ ਕੇ ਆਪਾਂ ਨੂੰ ਸੁੱਖ ਲੈ ਕੇ ਦਿੱਤੇ। ਇਹ ਅੱਜ ਆਪਾਂ ਇਹਨਾਂ ਸੁੱਖਾਂ ਦੇ ਵਿੱਚ ਰਹਿੰਦੇ ਹੋਏ ਸੁੱਖਾਂ ਨੂੰ ਵੰਡੀਏ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇੱਕ ਦੂਜੇ ਦੇ ਵਿਗੜੇ ਹੋਏ ਕਾਰਜਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਜੇ ਕਿਸੇ ਨੂੰ ਕੋਈ ਨੀਡ ਆ ਤੁਹਾਡੇ ਬੋਲਾਂ ਦੀ, ਉਹਨਾਂ ਨੂੰ ਮਿੱਠੇ ਬੋਲ, ਆਪਣੀ ਉੱਚੀ ਸੋਚ ਦੇ ਨਾਲ ਬੋਲ ਕੇ ਉਹਨਾਂ ਦੀ ਤਕਲੀਫ ਦੂਰ ਕਰ ਸਕਦੇ ਹੋ। ਇਹ ਰਲ ਕੇ ਬੈਠਣ ਦਾ ਸੰਵਿਧਾਨ ਦੇ ਵਿੱਚ ਇੱਕ ਸੁਨਹਿਰੀ ਮੌਕਾ ਆ, ਜਿੱਥੇ ਕੋਈ ਵੀ ਵਿਕਤਰਾ ਨਹੀਂ ਹੈਗਾ। ਪਿਆਰੇ ਦਰਸ਼ਕੋ, ਪਿਆਰੇ ਦਰਸ਼ਕੋ, ਸਾਡਾ ਟਾਈਮ ਵੀ ਅੱਗੇ ਵੱਧ ਰਿਹਾ ਆ। ਮਿਲਾਂਗੇ ਨੈਕਸਟ ਵੀਕ ਨਵੀਂ ਸੋਚ, ਨਵੇਂ ਟੌਪਿਕ ਦੇ ਨਾਲ, ਨਵੀਆਂ ਵਿਚਾਰਾਂ ਦੇ ਨਾਲ। ਤੁਸੀਂ ਵੀ ਤਿਆਰ ਰੱਖਿਆ ਕਰੋ ਆਪਣੇ ਟੌਪਿਕ ਦੇ ਨਾਲ, ਜੋ ਤੁਸੀਂ ਗੱਲਬਾਤ ਕਰਨੀ ਹੁੰਦੀ ਆ, ਤੁਸੀਂ ਸ਼ਬਦ ਪੜ੍ਹਨਾ ਹੁੰਦਾ ਆ, ਤੁਸੀਂ ਕਿਤਾਬਾਂ ਪੜ੍ਹਨੀਆਂ ਹੁੰਦੀਆਂ ਆ, ਉਹ ਤਿਆਰ ਰੱਖਿਆ ਕਰੋ, ਕਿਉਂਕਿ ਤੁਹਾਡੀ ਜਿਹੜੀ ਸਪੋਰਟ ਆ ਬਹੁਤ ਜ਼ਰੂਰੀ ਆ। ਇਸ ਸਪੋਰਟ ਦੇ ਨਾਲ ਹੌਸਲੇ ਵੱਧਦੇ ਆ, ਕਾਂਛੀ ਟੀ ਵੀ ਬੁਲੰਦੀਆਂ 'ਤੇ ਜਾਂਦਾ ਆ। ਅਤੇ ਆਪ ਸਭਨਾਂ